अल्कोहल कंजप्शन इज इंजीरियस टू हेल्थ। शराब पीना सेहत वास्ते हानिकारक है। वेरी गुड। कदे सोचा ही नहीं सी कि चक्की भी इंजन से चल सकती है। मशीनरी नाल वावा इश्क लगता तेरा। बस जी इस इश्क दा मारा दा जेल च बैठा जी। वैसे कदे कदे मथा मार लीदा जी मशीना नाल। वैसे ये कमाल कीता किदा चनर सिया। हां जनाब कोई बहुता वड्डा काम नेगा जी। अब असा चक्की दे उपरले पुट च पुली ठोक के नाल निक्की शाफ्ट पाती ते ओ निक्की शाफ्ट नूं ओ बाहरली शाफ्ट गेट दे जनाब। ते उस तो बाद जी इंजन दे चक्कर वध होण करके मैं ओ शाफ्ट दी पुली वड्डी करती ते इंजन दी पुली छोटी करती जनाब। जरनैल सिंह जी जनाब। मुंडा दिमागी है जी। एदे वास्ते दुध ते आंडियां दी वक्री खुराक ला दियो। नाले जनाब हुण हफ्तियां दा काम घंटियां च हो जाया करना। बिल्कुल। एक गल होर, जेल दे मुख गेट कोल एक पुराना कारखाना है जिहदे च अंग्रेजां दे वेले दी मशीनरी पई है जिहड़ी हुण कबाड़ तों इलावा कुछ भी नहीं। तूं उत्थे जाया कर जे कोई चीज़ वरतों च आ सके। ते हाँ, जे किसी चीज़ की लोड़ पई तो भी मुहैया करा दी जाएगी। जरनैल सिंह जी जनाब। पहुँचा दौ भाई मुंडे नूं कारखाने। शाबाश जवाना। दीवान जी, अपनी पुलिस फोर्स नूं कोई नवें मोटरसाइकिल अलॉट होया? सरकार इंज लगदा जिवें किसी ने देसी जुगाड़ ला के बनाया होवे। फिर तां देखना पऊ। चल भी जवान।
ਰਾਖੀ ਕਲਿਆ ਸੀ ਮੈਂ ਕਣਕ ਦੀ ਰਾਖੀ ਉੱਥੇ ਜਾ ਕੇ ਸੌ ਗਿਆ ਸੁੱਤੇ ਦੜੇਲਾ ਪੌਂ 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 ਗਿਆ ਤੁਹਾਨੂੰ ਕੁਝ ਚਾਹੀਦਾ ਦੜੇਲਾ ਪੌਂ ਗਿਆ ਸੁੱਤੇ ਦੜੇਲਾ ਪੌਂ ਵੇ ਸਦਕੇ ਜਾਵਾ ਮੈਂ ਆਪਣੇ ਦਿਓਰ ਦੇ ਕਿੱਧਰ ਚੱਲਾਂ ਕੁਛ ਨਹੀਂ ਭਾਬੀ ਉਹ ਜੁੱਤੀ ਪਈ ਸੀ ਅੰਦਰ ਜੁੱਤੀਆਂ ਤਾਂ ਬਾਹਰ ਵੀ ਬਥੇਰੀਆਂ ਪਈਆਂ ਨੇ ਚਾਹੀਦੀਆਂ ਤੇ ਦੱਸ ਹੁਣੇ ਲਿਆ ਕੇ ਦਿੰਨੀ ਆ ਨਹੀਂ ਭਾਬੀ ਮੈਂ ਜੁੱਤੀ ਕੀ ਕਰਨੀ ਭਲਾ ਨੰਗੇ ਪੈਰੀ ਕਿਹੜਾ ਕਜਿਆ ਪੈਂਦਾ ਨੈਣ ਆਈ ਬੈਠੀ ਆ ਤੇਰੀ ਵੋਟੀ ਦੇ ਕੋਲ ਜਦੋਂ ਜਾਊ ਮੈਂ ਤੈਨੂੰ ਆਪ ਹੀ ਦੱਸ ਦੂ ਭਾਬੀ ਉਹ ਕਿਹੜਾ ਨੂੰ ਅੰਦਰ ਬੈਠੀ ਕਰੋਸ਼ੀਆ ਸਿਖਾਉਂਦੀ ਆ ਉਹਨੂੰ ਲਾਕ ਫੜਾ ਤੇ ਬਾਹਰ ਕੱਢ ਤੂੰ ਨਾ ਜਾ ਉੱਧਰ ਨਹੀਂ ਤਾਂ ਮੈਂ ਬੇਬੇ ਨੂੰ ਦੱਸ ਦੂ ਹੁਣੇ ਓ ਇੱਧਰ ਵੀ ਆ ਜਾ ਸਾਡੇ ਨਾਲ ਵੀ ਬਹਿ ਜਾ ਖਾ ਪੀ ਲੈ ਕੁਛ ਕਿਉਂ ਐਵੇਂ ਵਿਆਹ ਦੇ ਚੌਚ ਭੁੱਖਾ ਮਰੀ ਜਾਣਾ ਉਹ ਮੈਂ ਨਹੀਂ ਖਾਣੀ ਯਾਰ ਓਏ ਹੋਰ ਨਹੀਂ ਤਾਂ ਕੌੜਾ ਮੂੰਹ ਹੀ ਕਰ ਲੈ ਓ ਸ਼ਰਮ ਕਰ ਲਓ ਮਾੜੀ ਮੋਟੀ ਕੱਲ ਤੜਕੇ ਦੇ ਆਨੰਦ ਹੋਏ ਵੇ ਮੇਰੇ ਕੋਲ ਬਹਿਣਾ ਦੂਰ ਦੀ ਗੱਲ ਸੱਤ ਕੁ ਸੱਤ ਵੀ ਨਹੀਂ ਹੋਈ ਸਾਲੇ ਤੁਹਾਨੂੰ ਦਾਰੂ ਝੋਲ ਸੰਦੀ ਪਈ ਹੈ ਤਾਂ ਹੀ ਤਾਂ ਕਹਿਣਾ ਵੀ ਦੋ ਕੰਗਣੀ ਵਾਲੇ ਸਿੱਟ ਲੈ ਤੇ ਵੜ ਜਾ ਸਿੱਧੇ ਹੀ ਅੰਦਰ ਉਹ ਤੁਸੀਂ ਮੈਨੂੰ ਬੇਬੇ ਤੋਂ ਡਾਂਗਾਣਾ ਪਾ ਦਿਓ ਯਾਰ ਮੈਨੂੰ ਲੱਗਦਾ ਸਾਡੇ ਮੇਲ ਦੇ ਗਾਉਣ ਵਜਾਉਣ ਨੇ ਮੇਰੀ ਅੱਜ ਵੀ ਗੱਲ ਨਹੀਂ ਬਣ ਦੇਣੀ ਫੜ ਲਓ ਬੋਲ ਲੜ ਸੌਂਕਣੇ ਨੇ ਤੇਰੀ ਜਿੱਡੀ ਹੋਈ ਹੁਣ ਲੜ ਸੌਂਕਣੇ ਨੇ ਤੇਰੀ ਜਿੱਡੀ ਹਿਸਾਬ ਲਾਇਆ ਸਾਡਾ ਅੰਗ ਸਾਕ ਵੀ ਵਿਹਲੇ ਹੀ ਆ ਬਈ ਬਈ ਵਿਆਹ ਹੋ ਗਿਆ ਬੋਟੀ ਘਰੇ ਆ ਗਈ ਚੱਕੋ ਭਾਜੀ ਹੋ ਜਾਓ ਪਿੰਡੋ ਪਿੰਡੀ ਉਹ ਗਿੱਦੜ ਦੀ ਕਾਲ ਨਾਲ ਵੇਰ ਨਹੀਂ ਪੱਕਦੇ ਹੁੰਦੇ ਕਾਕਾ ਜੀ ਮੈਨੂੰ ਤਾਂ ਇਹ ਲੱਗਦਾ ਤੁਹਾਡਾ ਕੋਟੀ ਝਾੜ ਜਾ ਵੀ ਇੱਥੇ ਹੀ ਮੁਕਾ ਕੇ ਜਾਣਗੇ ਉਹ ਚੰਨਣ ਭਰਜਾਈ ਵੇਖਣ ਨੂੰ ਕਿਵੇਂ ਲੱਗਦੀ ਓਏ ਮੈਨੂੰ ਕੀ ਪਤਾ ਯਾਰ ਮੈਂ ਗਾਹਾਂ ਉਹਦੇ ਨਾਲ ਡੋਲੇ 'ਚ ਬਹਿ ਕੇ ਆਇਆ ਸੁੱਖੋ ਭਾਬੀ ਦੱਸਦੀ ਸੀ ਵੀ ਰੰਗ ਦੀ ਤਸਲੇਰੀ ਹੈ ਨੈਣ ਨਕਸ਼ਾ ਦੀ ਧਨੀ ਹੈ ਬਾਈ ਨੈਣ ਨਕਸ਼ਾ ਦੀ ਤਾਂ ਉਹ ਵੀ ਧਨੀ ਹੈ ਜਿਹੜੀ ਨਾਲ ਆਈ ਹੈ ਮੈਂ ਤਾਂ ਉਹ ਵੀ ਨਹੀਂ ਦੇਖੀ ਯਾਰ ਲੈ ਤੇਰੇ ਨਾਲ ਤਾਂ ਫਿਰ ਅਸੀਂ ਵਧੀਆ ਰਹਿ ਗਏ ਓਏ ਤੂੰ ਐਵੇਂ ਦਿਮਾਗ ਤੇ ਬੋਝ ਨਾ ਪਾ ਰੋਟੀ ਨੂੰ ਬਾਜ ਪੈਣ ਵਾਲੀ ਹੋਈ ਹੈ ਉਹ ਪਾਲੀ ਕਿੱਥੇ ਰਹਿ ਗਿਆ ਕਿਉਂ ਕਾਕਾ ਜੀ ਅਸੀਂ ਪੰਡ ਧੋਨੇ ਆ ਡਗ ਲੱਕੜ ਦਾ ਲਾ ਹੀ ਲਈਦਾ ਹੈ ਪੁੱਤ ਪਰਨਾਇਆ ਕੋਈ ਮਾੜੀ ਮੋਟੀ ਗੱਲ ਹੈ ਯਾਰ ਫੜ ਲੈ ਪੂਛ ਲੱਖਣ ਦੀ ਮੈਨੂੰ ਲੱਗਦਾ ਨੈਣ ਵਾਲਾ ਗੁੱਸਾ ਚ ਤੇਰ ਤੇ ਨਿਕਲੂ ਕੱਦੂ ਆ ਜਾ ਬੋਲੀ ਤੂੰ ਤਾਂ ਦੇਖਿਆ ਚੰਨਨ ਸਿੰਘ ਨੂੰ ਕਿਹੋ ਜਿਹਾ ਲੱਗਦਾ ਬਥੇਰਾ ਸੋਹਣਾ ਗੱਭਰੂ ਜਵਾਨ ਮੇਰਾ ਮਤਲਬ ਕੋਈ ਕੱਚ ਕੁਛ ਤਾਂ ਨਹੀਂ ਹੈਗਾ ਉਹ ਹੋ ਪੱਕੋ ਭੈਣ ਸੁਖੀ ਸੰਦੀ ਕਾਹਨੂੰ ਹੋਵੇ ਕੋਈ ਕੱਚ ਕੁਛ ਅੱਖਾਂ ਦੇਖੀਆਂ ਸੀ ਸਮਾਰ ਕੇ ਟੀਰ ਤਾਂ ਨਹੀਂ ਪੈਂਦਾ ਨਾ ਜੇ ਟੀਰ ਪੈਂਦਾ ਵੀ ਹੋਇਆ ਹੁਣ ਦੱਸ ਕੀ ਕਰ ਲਾਂਗੇ ਐਵੇਂ ਨਾ ਵਹਿਮ ਜੇ ਕਰਿਆ ਕਰ ਬਥੇਰਾ ਸੋਹਣਾ ਹੈ ਪ੍ਰਾਹੁਣਾ ਹਾਂ ਬਸ ਥੋੜਾ ਵੇਖਣ ਨੂੰ ਵੈਲੀ ਐਬ ਵੀ ਲੱਗਦਾ ਹਾਏ ਮੈਂ ਮਰ ਜਾ ਦੋ ਚਾਰ ਵਾਰੀ ਥਾਣੇ ਕਚਹਿਰੀ ਵੀ ਹੋਇਆ ਆ ਹਾਏ ਕੀ ਕਹਿੰਦੀ ਆ ਕਿੰਨੇ ਦੱਸਿਆ ਤੈਨੂੰ ਦੱਸ ਉਹ ਨੀ ਮੁਖੌਲ ਕਰਦੀ ਆ ਬਥੇਰਾ ਸਾਊ ਹੈ ਬਾਪੂ ਜੀ ਨੇ ਐਵੇਂ ਥੋੜੀ ਨਾ ਰਿਸ਼ਤਾ ਤੈਅ ਕਰਤਾ ਮਖੌਲ ਜੇ ਨਾ ਕਰੀ ਜਾ ਬੋਲੀ ਮੇਰੇ ਤਾਂ ਪਹਿਲਾਂ ਹੀ ਹੱਥ ਪੈਰ ਠੰਡੇ ਪਈ ਜਾਂਦੇ ਆ ਅੱਛਾ ਜੀ ਨਾ ਫਿਰ ਆ ਜੂਗਾ ਚੰਨਣ ਸਿਓ ਕਹਿ ਦੀ ਤਲੀਆਂ ਚਸ ਦੂਗਾ ਆ ਤੇਰੇ ਵਾਲੀ ਬੇਬੇ ਕਿਤੇ ਨੱਚ ਨੱਚ ਕੁੱਤੀਆਂ ਨਾਲ ਵੱਟ ਦੇ ਧਰਤੀ ਤੇ ਏ ਜਗਰੇ ਕੀ ਕਹਿਣਾ ਜੀ ਤੂੰ ਓਏ ਬਸ ਕਰ ਤੇਰੀਆਂ ਬੋਲੀਆਂ ਨਾਲ ਢਿੱਡ ਨਹੀਂ ਭਰਨਾ ਬੱਲੇ ਬਣ ਗਿਆ ਸ਼ੇਰ ਬਈ ਜਾਂਦਾ ਬਈ ਪਹਿਲਾਂ ਕੁਛ ਨੀ ਕੁਛ ਨੀ ਕੁਛ ਨੀ ਮੈਂ ਨੀ ਪੀਤੀ ਨਹੀਂ ਹਾਂ ਇੱਕੋ ਲਾਇਆ ਸੱਚ ਪਹਿਲਾਂ ਕਰਾਇਆ ਨਹੀਂ ਨਾ ਜੀ ਕਦੇ ਵਿਆਹ ਨਹੀਂ
जे मंजूरी मिले तो तेरे रूप लई दो बोल कह लां। दस कहां मिल गई मंजूरी। वही लिस्टर इंजन दे फ्लाई व्हीलर का गोल मूह, वही पिस्टन वर्गा लिशकदा होया मथा, जवां बुश वर्गियां गोल गोल अखां, वही गरारी ते दंदियां वर्गे पतले पतले फुल। समझ आ गई? मैनू भी नहीं आई। मैनू पता सी तू एहो जी होना, मैनू तेरी उड़ीकां सी, मेरे नेक कर्म जाके जेड़ा तू मेरे घर आई। रब सच्चे ने मेरी सालची सुन ली, वह हले पिछले माघी दे मेले ते तां सुख सुखी सी, मैं सुखिया सी वी मेरी घर वाली एहो जी होवे जिन्हों एको वारी वेंदिया उमरां दा राज हो जाए। पक्को तेनू किन्नी वारी समझाया धीए इन्हां गोरियां नाल ना खेडिया कर, इन्हां गोरियां दी कदर तां गोरे रंग ने पा देनी है, पुत तेरी कदर तां तेरे कम नहीं पवानी है, कर्मा मारिए है ना। ओ की होया, की सोचन लगी, तेनू मेरी गल्लां दा यकीन नहीं ना आउंदा होणा। मैनू मेरी किस्मत ते यकीन नहीं आउंदा पिया, पर सच जाणी तू मैनू मिली इदा लगता जिमें भादों की दुपहरे ना माघ महीने की शीतलहर चलती हो। भला रात में किवी थी लगती सी? सोहनी लगती सी। चंगी तरह दस बोली। ओहो, बंदा जिन्ना खाव दी चेरी मुरे दी साब नाल जाच सकदा है, ओना का जाच दी सी। तू कदे कोई गल साफ साफ ना करी। ना पक्को बन हुण मैं की ओला रखया, सिद्धा कह दे वी नहीं सी सोहनी लगदी। सोहनी लगदी सी पर ओ ना सम्मी पैन वाली गल जी नहीं बनी। भी कोई गल बनी, सम्मी भैन ते मेरा की मुकाबला, किथे सम्मी भैन किथे मैं। ओहो पक्को हुण सोहने पण दी कोई गिनती मिनती तां हुंदी नहीं, जो मैं तैनूं मिण के दसदा तू दो गज सोहनी सी कि चार गज, हाँ किसी ना किसी नाल तां मेल के दसना होया ना। रहण दे गल्लां नूं तां तूं बियां वर्गियां, इत्थे आउण दा तां मैनूं तेरा आने दा फायदा नहीं। वैसे मैं सुणिया कि कुड़ियां दे चेहरे ते विआह तों बाद होर वी निखार आ जांदा। पोछे जे ना मार हुण बीजी ने जो जो मैं जमती ठीक आ, मकलावा हो गया व्याह हो गया, सोहनी लगी नहीं लगी कोई गल कहने की लोड़ तो है नहीं सी, तू तो आप राणी हार। हाँ इधर गल सुन, वो गल सुन, उठरी तैं चाहनी है जिमें चार संघाला पोक देखता हूं, तू इधर गल सुन। तेरे लिए गुड़ लैके आया, वो ताए भगवान उन्होंने खूह ना कलाड़ी चलती सी। नाले गल दसा मैं तेनू जिनी बारी वेखता ना तू मैनू पहले नालों होर सोहनी लगती है। आवेख हुण तू मैनू पहले नालों कितने ज्यादा सोहनी लगती है। हाथ छड्डो कोई देख लूगा। मैं आपदी जनानी का हाथ फड़िया, हुण ते भावें रब भी आ जाए आपां नूं कोई फिक्र नहीं। ओ
ਚਰਨਾ ਕਿੱਧਰ ਭੱਜ ਗਿਆ ਓਏ ਆਇਆ ਬਾਪੂ ਓਏ ਆ ਤਾਂ ਰਹਿ ਗਿਆ ਸੀ ਆਪਣੀ ਸੋ ਫਿਕਰਾਂ ਕੱਲੀ ਜਾਂਦਾ ਕਦੇ ਕਦੇ ਫਿਰ ਸਰਦਾਰ ਚਰਨ ਸੇ ਉਹਨਾਂ ਨੂੰ ਆਪਣੀਆਂ ਗੱਲਾਂ ਤੋਂ ਮੁੱਕਰਨਾ ਹੀ ਪੈਂਦਾ ਆ ਫੜ ਲਿਓ ਜੀ ਕੀਆ ਲੈ ਇਹ ਪ੍ਰਾਣੀ ਨੇ ਤਾਂ ਗੁੜ ਨਾਲ ਹੀ ਸਾਰਤਾ ਹੈ ਸਰਦਾਰ ਰੇਸ਼ਮ ਸਿੰਘ ਨੇ ਤਾਂ ਇਹੋ ਜਿਹੇ ਮੌਕੇ ਤੇ ਮੋਤੀਆਂ ਦਾ ਹਾਰ ਰੱਖਤਾ ਸੀ ਸੰਮੀ ਦੇ ਅੱਗੇ जवाब देना ना देना अफसर की मर्जी चलो शाबाश गड्डी आ रही है काम करो आपका सत श्रीकाल सर जी दिल्ली वाली ट्रेन किन्ने बजे जानी है ਜਾਣੀ ਨਹੀਂ ਆਉਣੀ ਆ ਉਹ ਜਾਣੀ ਹੈ ਫਿਰ ਵੀ ਦੱਸਦਾ ਸਹੀ ਕਿੰਨੇ ਵਜੇ ਆਣੀ ਹੈ ਅੱਛਾ ਆ ਤੈਨੂੰ ਮੈਂ ਦੱਸਦਾ ਆਪਾਂ ਰੇਣੀ ਨੂੰ ਕੱਲ ਆ ਕੇ ਸੁਣ ਦੇਖ ਕਿੰਨੇ ਵਜੇ ਆਉਣੀ ਹੈ ਕੀ ਗੱਲਾਂ ਕਰਦੇ ਪਏ ਸਰਦਾਰ ਜੀ ਇਸ ਤਰ੍ਹਾਂ ਟ੍ਰੇਨ ਸਾਡੇ ਉੱਤੇ ਚੜ ਜਾਣੀ ਹੈ 50 ਵਾਰੀ ਤੂੰ ਟ੍ਰੇਨ ਤੇ ਚੜਿਆ ਹੈਗਾ ਇੱਕ ਵਾਰੀ ਜੇ ਤੇਰੇ ਤੇ ਚੜ ਜੂ ਟ੍ਰੇਨ ਕੀ ਫਰਕ ਪੈਂਦਾ ਹੈ ਗੱਲਾਂ ਕਰਦੇ ਆ ਆ ਜੂਗੀ ਚੜ ਜਿਓ ਦਾਜੀ ਅਫਸਰ ਤਾਂ ਬਹੁਤ ਕੱਬਾ ਹੈ ਬੇਬੇ ਰੋਟੀਆਂ ਮੈਂ ਲਹਾਉਣੀਆਂ ਭਾਈ ਬੀਬਾ ਤੂੰ ਜਾ ਕੇ ਮੇਰੇ ਦਿਓਰ ਕੋਲ ਬਹਿ ਜਾ ਉਹਦੇ ਕੱਲਾ ਬੈਠਾ ਕਾਉੜ ਕਬੂਤਰ ਉੜ ਮੱਝ ਉੜ ਉਹ ਪਤਰਾ ਜੇ ਮੱਝ ਉੜ ਕੇ ਤੇ ਦੁੱਧ ਕਿਤੋਂ ਪੀਾਂਗੇ ਕੁੜੀਏ ਇੰਜ ਥੋੜਾ ਤੈਨੂੰ ਰੋਟੀਆਂ ਪਕਾਉਣ ਲਾ ਦਾਂਗੇ ਪੂਰੇ ਸ਼ਗਨਾਂ ਵਿਹਾਰਾਂ ਨਾਲ ਪਹਿਲਾਂ ਤੇਰੇ ਤੋਂ ਮਿੱਠੇ ਚੌਲ ਬਣਵਾਵਾਂਗੇ ਸਾਰਾ ਸ਼ਰੀਕਾ ਸੱਦੂ ਮੈਂ ਆਪਣਾ ਸਾਰੀ ਜ਼ਿੰਦਗੀ ਕੰਮ ਹੀ ਕਰਨਾ ਜਨਾਨੀ ਨੇ ਪਰ ਬੀਜੀ ਤਾਂ ਕਹਿੰਦੇ ਸੀ ਸਹੁਰੇ ਜਾ ਕੇ ਜਿੰਨਾ ਕੰਮ ਕਰੋਗੇ ਉਨਾ ਮਾਣ ਇੱਜ਼ਤ ਮਿਲੂ ਇਸ ਘਰ 'ਚ ਸਾਰਿਆਂ ਦਾ ਮਾਣ ਇੱਜ਼ਤ ਆ ਉਹ ਵੇਖ ਚੰਨਣ ਸਾਰੀ ਦਿਹਾੜੀ ਕੱਖ ਨਹੀਂ ਕਰਦਾ ਪੂਰੀ ਇੱਜ਼ਤ ਮਾਣ ਆ ਉਹਦੇ ਘਰ ਦੇ ਵਿੱਚ ਓਏ ਉਹ ਨਹੀਂ ਆ ਨਹੀਂ ਆ ਜਾ ਬੇਬੇ ਲਿਆ ਦੋ ਰੋਟੀ ਲਿਆਈ ਪਤਵੇ ਚੱਲ ਕੁੜੇ ਆਖਰੀ ਪੂਰ ਰਹਿ ਗਿਆ ਤੂੰ ਲਾ ਦੇ ਲਾ ਦਿੰਦੀ ਹੈ ਬੇਬੇ ਹੁਣੇ ਲਾ ਦਿੰਦੀ ਆ ਫੜ ਚੱਲ ਆ ਧੀਏ ਦੋ ਰੱਖਦਾ ਹਾਂਜੀ ਦੋ ਰੱਖ ਦੋ ਚੰਨਣਾ ਰੋਟੀ ਲਿਆਵਾਂ ਪੁੱਤ ਤੇਰੇ ਲਈ ਵੀ ਨਹੀਂ ਬੇਬੇ ਬਹੁਤ ਹੀ ਭੁੱਖ ਤੇ ਹੈ ਨਹੀਂ ਗੀ ਅੱਛਾ ਚੱਲ ਤੇਰੇ ਬਾਪੂ ਜੀ ਨੂੰ ਖਵਾ ਦਿੰਦੀ ਆ ਪਾਣੀ ਲਿਆ ਦਾ ਹੋਕੇ ਪਾਣੀ ਦਾ ਕੀ ਪੀਣਾ ਹੈ ਵਾਲੇ ਭਲਾ ਕਹਿੰਦੇ ਪੁੱਤਰ ਫਿਰ ਕੱਚੀ ਲੱਸੀ ਲਿਆ ਦਿੰਦੀ ਆ ਉਹ ਤੂੰ ਮੇਰੀ ਚਿੰਤਾ ਨਾ ਕਰਿਆ ਕਰ ਤੂੰ ਤੇ ਇੱਕੋ ਤੱਕ ਮੇਰੇ ਵੱਲ ਵੇਖੇ ਮੈਨੂੰ ਤਾਂ ਵੀ ਠੰਡ ਪੈ ਜਾਂਦੀ ਹੈ ਚਾਚੂ ਮੈਂ ਵੀ ਲੱਸੀ ਪੀਣੀ ਹੈ ਖੜ ਜਾ ਪੁੱਤਰਾ ਪਰਮਿੰਦਰ ਕਰੇ ਜੀ ਤੇ ਕਰਦਾ ਵੀ ਤੇਰੇ ਲਈ ਰਾਂਝਾ ਬਣ ਜਾ ਪਰ ਉਦੋਂ ਤੇ ਪੰਜ ਸੱਤ ਭਰਾ ਵੀ ਹੈਗੇ ਸੀ ਜਿਨ੍ਹਾਂ ਪਿੱਛੋਂ ਡੰਗਰ ਬੱਚਾ ਸਾਂਭ ਲਿਆ ਸੀ ਮੇਰਾ ਤੇ ਸੁੱਖ ਨਾਲ ਭਰਾ ਵੀ ਇੱਕੋ ਆ ਇੱਥੋਂ ਤੇ ਪੈਰਾਂ ਪਰ ਬਹਿ ਕੇ ਧਾਰ ਵੀ ਨਹੀਂ ਨਿਕਲਦੀ ਉਹ ਬਸ ਜਵਾਕ ਕੋਲ ਬੈਠਾ ਹਾਂ ਪੁੱਤਰ ਡਾ ਦੋ ਮੱਛਾਂ ਪੁੱਤਰ ਕੀ ਕਰਨਾ ਹਾਂ ਠੀਕ ਆ ਲੈ ਵੀ ਮਗਰ ਸਿਆ ਬਹੁਤ ਬਹੁਤ ਧੰਨਵਾਦ ਵੀਰ ਲੈ ਧੀਰਿਆ ਪਾਤ ਵੇਖੀ ਗੱਲ ਸੁਣੋ ਖਰਜੋ ਚੁੱਕ ਆਹ ਕੁਆੜ ਕਿੱਥੋਂ ਚੱਕ ਲਿਆ ਇਹ ਬਾਪੂ ਜੀ ਧੀਰਿਆਂ ਨਾ ਕਰਾਉਣ ਲੈ ਕੇ ਆਇਆ ਇੰਜਣ ਦੋ ਕੁ ਦਿਨਾਂ ਵਾਸਤੇ ਮੰਗਵਾਂ ਪਰ ਕਾਹਦੇ ਵਾਸਤੇ ਕੁਛ ਨਹੀਂ ਇਹਨੂੰ ਨਾ ਉਹ ਤਖ਼ਤ ਪੋਸ਼ ਤੇ ਰੱਖ ਕੇ ਨਾ ਇੱਕ ਪੁਲੀ ਪਾ ਕੇ ਨਾਲ ਨਾਲ 4 ਰੁਪਏ ਲਾ ਕੇ ਉਹ ਬਣਾਉਣੀ ਸੀ ਲਾਰੀ ਜੀ ਬਣਾਉਣੀ ਲਾਰੀ ਜੀ ਉਹ ਜਾਏ ਕੁਰੇ ਉਰੇ ਆਈ ਭੱਜ ਕੇ ਹਾਏ ਕੀ ਹੋ ਗਿਆ ਤੜਾਕਾ ਕੱਟ ਕੇ ਰੱਖਤਾ ਮੇਰਾ ਮੇਰੇ ਭਾਵੇਂ ਗੁੱਠੇ ਦਾ ਗਾਟਾ ਲੈ ਜਾਂਦਾ ਨਹੀਂ ਤੂੰ ਮੈਨੂੰ ਐਂ ਦੱਸ ਐਡਾ ਪਾਪ ਕਾਹ ਤੋਂ ਕਮਾਇਆ ਕੀ ਕਰਤਾ ਮੈਂ ਹੁਣ
डंगर दिमाग मुंडा जम के धरती से बोझ पाता आखे की करता मैं हुण की नवा चंद चढ़ाता मेरे चन ने तेरा चन ऐसे इंजन अपनी घर की लारी बना फिरता और लोगों सरकारी लारियां चढ़ना नसीब नहीं हुंदा चन जमा वाजा हो गया पुत तू किया नवीं घड़ता कड़ता रहना ओए जे तेरे वर्गा जना खणाई अपनी घर दियां लारियां बनाउण लग गया ना तां फिर दिल्ली कलकत्ते वाले जमा बेले हो जाणगे सही गल है जी की सही गल ओए तू भी तां दे नाल ही तुरे फिरदा अजी चार कदे तां बड़े हौसले नाल तुरे फिरदा सी मैनूं लग्गिया खरे कड़ी नवीं कार्ड कड्डू ओ जाके अपने घर दे नाल कोई काम करा चुक्कियां ना खाली मैथों कार्ड कड्डू इह ओ तेरा बड़ा भाई खेतां च कल्ला खोजलदा है जाके ओहदे नाल काम करा ला कोई मेरा लहू पीण नूं जम्मी ला दे इह बनाऊगा इह लारी चन तू सच्ची लारी बनाउन लगा आहो बन जूगी सदके फड़ा फड़ा लस्सी क्या सुन लिया अपने घर वाले दी सिफता मैं सच्ची कहना बना मैं सकदा पर समझा नहीं सकदा इन्हां नूं कन्न सुनदे ने फिर मैं न्याणे नाल व्याही गई पर दिल कहिंदा कि मेरे कंत जिन्ना सियाणा कोई नहीं मेरिया इन्ना कमलियां च मेरी डूंगी सियाणपा जिवें तेरे सलेहरे च रंग च तेरा सोहना जिहा रूप हो मेरी गल तां सुन यार मैं जदों भी तेरी सिफत करदा तू पासा वट के लंघ जानी है तैनूं मेरा सिफत करना वधिया लगदा नहीं मैनूं बहुत वधिया लगदा मेरा दिल तां तरसदा इह गल्लां सुनण नूं पर मेरा रंग पक्का तां मैं सोहनी नहीं लगती कदे किसे दे पसंद भी नहीं आई ऐ मेरी कदे सिफती नहीं हुई ते हुण जदों तुसी सिफत करदे हो मैनूं ओपरा जा लगदा मैनूं ऐ लगदा किते तुहानूं कोई भुलेखा तां नहीं पै गया किते तुसी मुड़ के ऐ तां नहीं कह दोगे वी जा कमलीए मैं तो मखौल करता सी जाने के अपना गुड़ा प्यार ही अपन एक दूजे तो दूर करी जांदा पर एक गल याद रखी परमिंदर करे जिद्दन मैनू तेरे जो रब ना ना दसिया समझ ली वी चानण दी अखां दे दीवे बुझ गए सुन ले मेरी सरदारा तेरे बिन नी साडा गुजारा सुन ले मेरी सरदारा तेरे बिन नी साडा गुजारा
ਸਤਿ ਸ੍ਰੀ ਅਕਾਲ ਸਰਦਾਰਨੀ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਓਏ ਹੋਰ ਵੀ ਰਾਜਾ, ਸਾਡੇ ਕੁੜਮਾਂ ਦੀ ਕਣਕ ਚੰਗੀ ਹੈ ਜੀ। ਮੈਂ ਕਿਹਾ ਜੀ ਕਿਰਪਾ ਵੱਡੇ ਮਹਾਰਾਜ ਦੀ। ਹਾਂਜੀ, ਜਰਗਾਲਾਂ ਦਾ ਲਾਣਾ ਵੀ ਠੀਕ ਆ, ਕੀ ਸੁੱਖ ਸੁਨੇਹਾ ਲੈ ਕੇ ਆਇਆ ਫਿਰ? ਮੈਂ ਤਾਂ ਨਿਊ ਦਾ ਲੈ ਕੇ ਆਇਆ ਸਰਦਾਰ ਸਾਹਿਬ, ਆਪਣੇ ਕਾਕਾ ਜੀ ਦੇ ਤਾਇਆ ਸਹੁਰਾ ਸਰਦਾਰ ਦਿਆ ਸਿੰਘ, ਉਹਨਾਂ ਦੇ ਸਪੁੱਤਰ ਲੱਖਾ ਸਿੰਘ ਦਾ, ਰੋਕਾ ਜੀ ਸਤਪੋ ਦਾ। ਬੱਲੇ ਸ਼ੁਕਰੀਆ ਦਾਤੇ ਦਾ, ਵਧਾਈ ਦਿਓ ਸਾਡੇ ਕੁੜਮ ਕੁੜਮ। ਹਾਂਜੀ ਹਾਂਜੀ ਜ਼ਰੂਰ ਬਾਈ, ਸੱਚੀ ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਇਹ ਤਾਂ ਵਾਲੀ ਖੁਸ਼ੀ ਦੀ ਗੱਲ ਹੋਈ ਜੀ, ਹੁਣ ਆਊ ਸਵਾਦ, ਖਿੱਚੋ ਬਈ ਤਿਆਰੀ। ਬੇਬੇ ਮੈਨੂੰ ਇੰਨਾ ਦੱਸ ਦਿਓ ਵੀ ਬਾਪੂ ਆਪਣੇ ਸਹੁਰੀ ਜਾ ਕੇ ਕਿੰਨਾ ਖੋਰੂ ਪਾਉਂਦਾ ਹੁੰਦਾ ਸੀ। ਪੂਰਾ ਪੂਰਾ ਕੇ ਇੱਕ ਹਫ਼ਤਾ ਪਹਿਲਾਂ ਆਵਾਂਗੇ ਜੀ। ਸੋ ਇਸ ਖੁਸ਼ੀ ਦੇ ਮੌਕੇ ਤੇ ਜੀ ਆਪ ਸਭ ਦੀ ਉਡੀਕ ਹੋਏਗੀ ਜਰਗ ਵਿਖੇ। ਆਵਾਂਗੇ ਜੀ, ਆਵਾਂਗੇ ਸਾਰੇ ਆਵਾਂਗੇ, ਸਗੋਂ 5-7 ਦਿਨ ਪਹਿਲਾਂ ਆਵਾਂਗੇ। ਸਾਲੇ ਮੇਰੇ ਦਾ ਵਿਆਹ ਉੱਥੇ ਹੋਣੀ, ਬਹਿ ਜਾ ਪ੍ਰਾਹੁਣਿਆਂ, ਖਿੱਚ ਦੇ ਪ੍ਰਾਹੁਣਿਆਂ, ਚੱਕ ਦੇ ਪ੍ਰਾਹੁਣਿਆਂ। ਦੇਖ ਵੀ ਮੇਰ ਸਿਆਮ, ਜੇ ਸਾਰਾ ਟੱਬਰ ਆ ਗਿਆ ਤਾਂ ਕੰਮ ਧੰਦੇ ਦਾ ਪਿੱਛੇ ਔਖਾ ਹੋ ਜੂਗਾ। ਗੱਲ ਤੁਹਾਡੀ ਵੀ ਸਹੀ ਹੈ ਜੀ। ਹਾਂ ਭਾਈ, ਸਾਰਿਆਂ ਦਾ ਆਉਣਾ ਤਾਂ ਔਖਾ ਹੈ, ਚੰਨਣ ਨੂੰ ਤਾਂ ਵਹੁਟੀ ਨੂੰ ਪਹਿਲਾਂ ਭੇਜ ਦਿਆਂਗੇ, ਅਸੀਂ ਸਾਰਾ ਲਾਣਾ ਬਾਅਦ ਚ ਆ ਜਾਂਗੇ। ਪਰ ਵਿਆਹ ਤੇ ਸਾਰੇ ਟੱਬਰ ਨੇ ਆਉਣਾ ਹੀ ਫਿਰ। ਲੈ ਆਵਾਂਗੇ, ਆਉਣਾ ਕਿਉਂ ਨਹੀਂ ਸਕਣਾ। ਗੀਤ ਨਾਲ ਨਾ ਬਹੁਤੀ ਗੱਲ ਬਣ ਨਹੀਂ ਰਹੀ, ਮੇਰੇ ਸਹੁਰਿਆਂ ਦਾ ਪਿੰਡ ਆਉਣ ਵਾਲਾ, ਮੇਰਾ ਲਲਕਾਰੇ ਮਾਰਨ ਨੂੰ ਜੀ ਕਰੀ ਜਾਂਦਾ। ਰਹਿਣ ਦੋ, ਵੱਡੇ ਆ ਲਲਕਾਰੇ ਮਾਰਨ ਵਾਲੇ। ਬੇਬੇ ਬਾਪੂ ਜੀ ਨੇ ਮੈਨੂੰ ਦੇਖ ਕੇ ਪਤਾ ਕਿੰਨਾ ਖੁਸ਼ ਹੋਣਾ। ਜੇ ਤੈਨੂੰ ਕੱਲੀ ਨੂੰ ਵੇਖ ਕੇ ਖੁਸ਼ ਹੋਣਾ, ਮੈਂ ਗਾਂ ਜਾਂ ਟਿੰਡੀਆਂ ਲੈਣ ਚੱਲਾਂ, 4 ਕਿੱਲਿਆਂ ਦੀ ਵਾੜ ਰਹਿੰਦੀ ਆ, ਹੋ ਜਾ ਫਿਰ ਨਹਿਰੂ ਨਰੀ, ਮੈਂ ਵੇਲੇ ਨਾਲ ਪਿੰਡ ਵਰਤਣ ਵਾਲਾ ਬਣਾਈ ਯਾਰ। ਨਹੀਂ ਨਹੀਂ, ਮਤਲਬ ਸਾਨੂੰ ਦੇਖ ਕੇ ਕਿੰਨਾ ਖੁਸ਼ ਹੋਣਾ। ਉਹ ਬੀਜੀ ਬਾਪੂ ਨੇ ਤੇ ਖੁਸ਼ ਹੋਣਾ ਹੀ ਆ, ਜਦੋਂ ਪਿੰਡ ਦੀ ਫਿਰਨੀ ਤੇ ਜਾ ਕੇ ਮੈਂ ਵਜਾਈ ਨਾ 5 ਤੇਰੀ ਟੱਲੀ, ਤੇਰੇ ਪਿੰਡ ਦੇ ਨਿਆਣੇ ਇੰਟਰਨ ਇੰਟਰਨ ਕਰਦੇ ਫਿਰਨਾ, ਫਿਰ ਵਜਾਊਂ ਪੌਂਪੂ। ਰੇਸ਼ਮ ਸਿੰਘ ਸਟੇਸ਼ਨ ਮਾਸਟਰ ਦਾ ਬੰਬੂ ਕਾਟਾ, ਕੋਈ ਲਾਰੀ ਨਹੀਂ, ਇੱਕ ਵਾਰੀ ਤੁਰਿਆ ਸਿੱਧਾ ਜਾ ਕੇ ਮੰਜ਼ਲ ਤੇ ਰੁਕਦਾ। ਸੰਮੀ ਭੈਣ ਤੇ ਰੇਸ਼ਮ ਭਾਈ ਅਜੇ ਨਹੀਂ ਸੀ ਹੈਗੇ, ਤਾਂ ਉਹੀ ਸੀ, ਰੁਕੇ ਕਾਹ ਤੋਂ ਨਹੀਂ ਫਿਰੇ? ਚੰਗਾ ਖਾਈਦਾ, ਸਭ ਤੋਂ ਮਾਹੌਲ ਚ ਰਹੀਦਾ। ਬਹੁਤ ਲਿਸ਼ਕਦਾ ਬਈ, ਬੰਬੂ ਘਾਟ ਬਹੁਤ ਸਾਂਭ ਕੇ ਰੱਖਿਆ ਹੋਇਆ ਅਫਸਰੋ। ਜਵਾਨੀ ਤੇ ਸਾਧਨ ਜਿੰਨਾ ਸਾਂਭ ਕੇ ਰੱਖੋਗੇ ਨਾ, ਓਨਾ ਹੀ ਵੱਧ ਚੱਲਦੇ ਨੇ। ਇਹਦੀ ਸਾਂਭ ਸੰਭਾਲ ਤੇ ਪੈਸਾ ਠੱਗ ਦਾ ਖਾਸਾ ਲੱਗ ਜਾਂਦਾ ਹੋਊ। ਤਾਇਆ ਜੀ, ਜੇ ਰੁਤਬਾ ਸਾਹਮਣਾ ਹੋਵੇ ਨਾ, ਫਿਰ ਖਰਚਾ ਤਾਂ ਹੋ ਹੀ ਜਾਂਦਾ। ਜਿਵੇਂ ਆਹ ਹੁਣ ਬੰਬੂ, ਆਹ ਦੇਖੋ ਆਹ ਲਾਤਾ ਮੈਂ ਗੋਲ ਧਾਰਾ ਬਣਾ, ਆਹ ਲਾਤਾ ਮੈਂ ਗੋਲ ਧਾਰਾ।
ਕਿਸੇ ਨੇ ਵੀ ਨਾ ਤਾਂ ਇਸ ਗੋਲ ਧਾਰੇ ਦੇ ਅੰਦਰ ਆਉਣਾ ਨਾ ਹੀ ਇਹਨੂੰ ਹੱਥ ਲਾਉਣਾ ਨਾ ਹੀ ਇਹਦੇ ਬਾਰੇ ਮੇਰੇ ਤੋਂ ਕੋਈ ਸਵਾਲ ਪੁੱਛਣਾ ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ ਸਿਰਫ ਠੀਕ ਆ ਫਸੜ ਦੇ ਤੂੰ ਕਮਾਲ ਹੈ ਕੋਈ ਮਹਾਨ ਚੀਜ਼ ਦੇਖੀ ਨੀ ਬਾਂਦਰਾਂ ਵਾਂਗੂ ਟੁੱਟ ਕੇ ਪੈ ਜਾਂਦੇ ਬਸ ਉਹ ਚਲੋ ਕੋਈ ਗੱਲ ਨੀ ਅਫਸਰੋ ਆ ਜਾਓ ਆ ਜਾਓ ਚਲੋ ਦੂਰ ਰਹਿ ਕੇ ਬਾਹਰ ਰਹਿ बाण दे मंजे ते बिठा के मेरे पासे छलाउणे सी मैनू पहला दस दिंदे मैं शहरी दो कुर्सियां नाल चक लिआउंदा ओ फिर इधर आ जाओ तक पहुंचते कमाल कर दो तुसी ए थोड़ी गल हुंदी है यार आलो जीजा जी मैं थोड़े लिए कुर्सी लेके आया ओए शाबाश मेरे बगे शेर दे शाबाश शाबाश आ देखो आ सारे टब्बर चो बिछड़ा सियाणा इनू पता है भी अफसर बंदे दी इज्जत किवें करी दी है आखिर बढ़िया स्कूल च पढ़ाउण दा फायदा तां हुंदा ही है लै ओ बल्ला दो दिन तो इंतजार करी जांदे थोड़ा इत्थे ओ ताए जी आ तां मैं दो दिन पहले ही जाना सी ਐਨ ਮੌਕੇ ਤੇ ਸਾਡਾ ਰੇਲਵੇ ਮਿਨਿਸਟਰ ਆ ਗਿਆ ਅੱਛਾ ਬਸ ਫਿਰ ਤੁਹਾਨੂੰ ਪਤਾ ਮੇਰੀ ਬਣਦੀ ਬਹੁਤ ਉਹਦੇ ਨਾਲ ਉਹ ਮੈਨੂੰ ਕਹਿੰਦਾ ਰੇਸ਼ਮ ਸਿਆਹ ਮੈਂ ਤੈਨੂੰ ਜਾਣ ਨਹੀਂ ਦੇਣਾ ਅੱਛਾ ਬਸ ਮੈਨੂੰ ਬਿਠਾ ਕੇ ਬੈਠਾ ਮੈਂ ਕਿਹਾ ਜਾਣਾ ਜ਼ਰੂਰ ਹੈ ਕਿਉਂਕਿ ਸਹੁਰਿਆਂ ਦੇ ਵਿਆਹ ਬਸ ਉਹ ਕਹਿੰਦਾ ਮੈਂ ਕਿਸੇ ਵੀ ਹਾਲਤ 'ਚ ਤੈਨੂੰ ਜਾਣ ਨਹੀਂ ਦੇਣਾ ਅੱਛਾ ਫਿਰ ਫਿਰ ਬਸ ਮੈਂ ਆ ਗਿਆ ਆ ਬੈਠਾ ਜਿਹੜੀ ਥਾਲ ਲਈ ਆਪਾਂ ਕਰੀ ਦੀ ਆ चलना मैं ठीक हां मेरे ताया जी नु मिल अपनी सवारी का आराम ही है आ देख लो इस तक कदे पहुंचे हुए सारा बंबू कार्ड भी दिखाता चार इधर लिया उधर गल्ला भी मार लिया खैर साइकिल दे टाइम तो लग ही जांदा ਹਾਂਜੀ ਭਾਈ ਟਾਈਮ ਤਾਂ ਲੱਗ ਜਾਂਦਾ ਨਾ ਇਹ ਸੜਕ ਕੱਚੇ ਨਹੀਂ ਪਿੰਡ ਵਾਲੀ ਨਾ ਜੇ ਪੱਕੀ ਹੁੰਦੀ ਫਿਰ ਕਿਹੜਾ ਤੂੰ ਅੱਡ ਕੇ ਆਇਆ ਹੈ ਬਾਜੀ ਘਰੇ ਸਭ ਸੁਖਸਾਨ ਨੇ ਹਾਂਜੀ ਹਾਂਜੀ ਸਭ ਰਾਜੀ ਖੁਸ਼ੀ ਜੀ ਬਾਜਰਾ ਐਤਕੀ ਸਾਡਾ ਸੋਹਣਾ ਹੋ ਗਿਆ ਜੀ ਤੇ ਚੜ੍ਹਦੇ ਸਿਆਲ ਨਾਲ ਸਾਡੀ ਇੱਕ ਮੱਝ ਢਿੱਲੀ ਹੋ ਗਈ ਜੀ ਤੇ ਇੱਕ ਸਾਡਾ ਬਾਲਾ ਵਧੀਆ ਕੱਟਾ ਵੀ ਮਰ ਗਿਆ ਜੀ ਇੱਕ ਤੇ ਇੱਕ ਛੱਤ ਚੋਂਦੇ ਨੇ ਡੰਗਰਾਂ ਵਾਲੇ ਕੋਠੇ ਦੀ ਬਾਪੂ ਕਹਿੰਦਾ ਐਤਕੀ ਪੱਕੀ ਕਰਾ ਦੇਣੀ ਆ ਪਹਾੜੀ ਵੇਲੇ ਗਹਿਣੇ ਵੀ ਤਾਂ ਸਿੰਘ ਤੜਾ ਲਏ ਸੀ ਹਾਂਜੀ ਹਾਂਜੀ ਉਹ ਸੰਮੀ ਨੇ ਤੋਂ ਟੱਬਰ ਦਾ ਹਾਲ ਪੁੱਛਿਆ ਡੰਗਰਾਂ ਦਾ ਨਹੀਂ ਸਭ ਰਾਜੀ ਖੁਸ਼ੀ ਜੀ ਬਾਈ ਜੀ ਅੱਜ ਤੁਹਾਡਾ ਨਾਲ ਮਾਲ ਡਿੱਗ ਗਿਆ ਸੀ ਜਦ ਤੁਸੀਂ ਗਾਹਾਂ ਲੰਘੇ ਸੀਗੇ ਉਹ ਪੋਲਿਆ ਪੰਛੀਆ ਇਹ ਡਿੱਗਿਆ ਨਹੀਂ ਸੀ ਜਾਣ ਕੇ ਸਿੱਟਿਆ ਸੀ ਜਦੋਂ ਸਾਡੂ ਸਾਡੂ ਨੂੰ ਕੱਟਦਾ ਨਾ ਉਦੋਂ ਇਹ ਰੀਤ ਪਕਾਈ ਦੀ ਹੈ ਆ ਲਓ ਜੀ ਚਾਹ ਨਾ ਨਾ ਬਾਈ ਇਹ ਤਾਂ ਪੱਕੇ ਮਿੱਠੇ ਵਾਲੀ ਆ ਵੱਡੇ ਬਾਈ ਵਾਸਤੇ ਤੁਹਾਡੇ ਵਾਸਤੇ ਆ ਗੋੜਾ ਦੀ पक्के मिट्टी वाली चाह का आनंद ही हो रहा भाई ਭਾਬੀ ਉਹ ਦਿਸੀ ਜਾਂਦੀ ਹੋਣੀ ਚਾਰੇ ਪਾਸੇ ਉਹ ਨਹੀਂ ਨਹੀਂ ਪੱਕੋ ਮੈਂ ਤਾਂ ਬਸ ਮੁੰਡੇ ਨਾਲ ਬਿਸਤਰੇ ਜਾ ਇਕੱਠੇ ਕਰਾਉਂਦਾ ਸੀ
ਬਿਸਤਰੇ ਬਿਸਤਰੇ ਆਪੇ ਇਕੱਠੇ ਹੋ ਜਾਣਗੇ ਲੈ ਦੱਸ ਤੂੰ ਵਿਆਹ ਲਾ ਮੁੰਡਾ ਸੌ ਜੀ ਤੁਰੇ ਫਿਰਦੇ ਨੇ ਇੱਥੇ ਆ ਦੇਖ ਮੈਂ ਕੀ ਲਿਆਈਆਂ ਤੇਰੇ ਵਾਸਤੇ ਹੈ ਭੈਣ ਕੋਟੀ ਕਿੰਨਾ ਸੋਹਣਾ ਰੰਗ ਹੈ ਵਧੀਆ ਲੱਗੀ ਤੈਨੂੰ ਬਹੁਤ ਸੋਹਣੀ ਹੈ ਮੈਂ ਤਾਂ ਤਾਈ ਨੂੰ ਕਿਹਾ ਸੀ ਇਹੋ ਜਿਹਾ ਰੰਗ ਲੈ ਕੇ ਆਈ ਪਰ ਤੈਨੂੰ ਪਤਾ ਹੀ ਹੈ ਬੇਬੇ ਭੁੱਲ ਗਈ 10 ਦਿਨ ਲਾ ਕੇ ਬੁਣੀਆਂ ਪੂਰੀ ਇਹ ਮੈਂ ਲੱਖੇ ਆਵੇ ਓ ਲੱਖੇ ਓ ਲੱਖੇ ਤੂੰ ਕਿੱਧਰ ਫਿਰੀ ਜਾਣਾ ਮੈਂ ਕਦੋਂ ਦੀ ਤੈਨੂੰ ਲੱਭਦੀ ਫਿਰਦੀ ਆ ਬਸ ਉਹ ਕੰਮ ਜਿਹਾ ਕਰਦਾ ਫਿਰਦਾ ਸੀ ਵੱਡਾ ਆ ਕੰਮਾਂ ਵਾਲਾ ਆ ਦੇਖ ਕੜੀ ਲੈ ਕੇ ਆਈ ਆ ਤੇਰੇ ਵਾਸਤੇ ਹੈ ਕੜੀ ਆ ਫੜੀ ਬਹੁਤ ਸੋਹਣੀ ਹੈ ਕਿੱਥੋਂ ਲਿਆਂਦੀ ਆ ਲੁਧਿਆਣੇ ਤੋਂ ਮੰਗਾਈ ਹੈ ਤੇਰੇ ਭਾਈਆ ਜੀ ਤੋਂ ਮੈਂ ਤਾਂ ਇਹਨਾਂ ਦੇ ਖੇੜੇ ਪੈ ਗਈ ਸੀ ਜੇ ਕੜੀ ਲੈ ਕੇ ਆਉਂਗੇ ਤਾਂ ਹੀ ਮੈਂ ਰੋਕ ਕੇ ਤੇ ਜਾਉਂਗੀ ਹੈ ਤੂੰ ਨਾ ਇਹਨਾਂ ਤੋਂ ਟਾਈਮ ਦੇਖਣਾ ਵੀ ਸਿੱਖ ਲਈ ਨਾਲੇ ਇਹ ਵੀ ਪੁੱਛ ਲਈ ਕਿ ਪਾਣੀ ਕਿਵੇਂ ਆ ਠੀਕ ਆ ਠੀਕ ਆ ਬੁਸ਼ਟ ਕਿਹੜੇ ਚ ਰੰਗ ਦੀ ਪਾਣੀ ਤੂੰ ਕੱਲ ਨੂੰ ਫਿੱਕੇ ਜੇ ਰੰਗ ਦੀ ਆ ਫਿੱਕਾ ਰੰਗ ਆਈ ਦਿਖਾਈ ਭਲਾ ਚੱਲ ਲੱਖੇ ਕੋਟੀ ਉਹਦਾ ਫਿਕਰ ਨਾ ਕਰੋ ਸਾਰਾ ਕੁਝ ਮੈਂ ਕਰ ਲੂ ਉਹ ਤੁਸੀਂ ਚੁੱਲੇ ਜੀ ਬਣੀ ਬੈਠੀ ਹੋ ਚਾਹ ਕਹੀ ਹੋਈ ਸੀ ਚਾਹ ਲਿਆਓ ਹੁਣ ਆ ਤੰਗ ਤੇ ਕੌਣ ਆਇਆ ਮੈਂ ਖੜਾ ਲਿਆ ਹੁਣ ਤੂੰ ਤਾਂ ਮੇਰੀਆਂ ਹੱਡੀਆਂ ਹੀ ਭੰਤੀ ਸੀ ਆ ਨਹੀਂ ਪੂਰੋ ਝੋਲੇ ਚੱਕ ਲੈ ਆਈ ਭਾਈ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਜਿਉਂਦਾ ਰਹੇ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਭੈਣ ਜੀ ਹਾਲ ਚਾਲ ਤਾਂ ਇਹੋ ਜਿਹੀ ਹੈ ਮੈਂ ਤਾਂ ਮੁੰਡੇ ਨੂੰ ਸ਼ਗਨ ਦੇਣ ਆਈ ਸੀ ਸੰਗਰੂਰ ਜਾਣਾ ਮੇਰੀ ਭੈਣ ਦੇ ਘਰੇ ਮਿਸਤਰੀ ਲੱਗੇ ਆ ਧੰਨ ਭਾਗ ਸਾਡੇ ਜੀ ਤੁਸੀਂ ਆਏ ਰੇਸ਼ਮ ਭੈਣ ਜੀ ਚਾਹ ਪਾਣੀ ਤਾਂ ਪੀ ਲਓ ਚਾਹ ਖੜੇ ਖੜੇ ਪੀ ਲਈਏ ਖੜ ਜਾ ਕੇ ਰਾਂ ਰੇਸ਼ਮ ਮੈਂ ਰੇਸ਼ਮ ਆਇਆ ਬੀਜੀ ਆਇਆ ਆ ਗਿਆ ਸਤਿ ਸ਼੍ਰੀ ਅਕਾਲ ਬੀਜੀ ਪੈਰੀ ਪੈਣਾ ਨਹੀਂ ਇੱਧਰ ਮਾਰ ਆ ਖੜੀਆਂ ਪੈਰੀ ਪੈਣਾ ਤੂੰ ਪਰਸੋਂ ਨੂੰ ਆਪਦੇ ਮਾਸੀ ਦੇ ਘਰੇ ਚਲਾ ਜਾਈਂ ਮਿਸਤਰੀ ਲੱਗੇ ਆ ਆ ਬੀਜੀ ਉਹ ਮੈਂ 3 ਦਿਨ ਦੀਆਂ ਛੁੱਟੀਆਂ ਤਾਂ ਲਈਆਂ ਸੀ ਇੱਧਰ ਮੰਗਣਾ ਰੱਖਿਆ ਹੋਇਆ ਨਾ ਮੈਂ ਤੈਨੂੰ ਪੁੱਛਿਆ ਨਹੀਂ ਦੱਸਦੀ ਆ ਪਰਸੋਂ ਸਵੇਰੇ ਪਹੁੰਚ ਜੀ ਚੱਕਦਾ ਕੀ ਹੈ ਸਤਿ ਸ਼੍ਰੀ ਅਕਾਲ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਲੂ ਪਾਣੀ ਪੀ ਲਓ ਸਤਿ ਸ਼੍ਰੀ ਅਕਾਲ ਮੈਂ ਤੈਨੂੰ ਕਿਹਾ ਸੀ ਤੁਸੀਂ ਬੰਬੂ ਕਾਟ ਤੇ ਆ ਜਾਂਦੇ ਨਹੀਂ ਜੇ ਮੈਂ ਬੰਬੂ ਕਾਟ ਤੇ ਆਉਂਦੀ ਤਾਂ ਥੋੜੀ ਸ਼ਾਨ 'ਚ ਫਰਕ ਪੈ ਜਾਣਾ ਸੀ ਮੈਂ ਤਾਂ ਟਾਂਗੇ ਤੇ ਸੂਤਾਂ ਆ ਟਾਂਗੇ ਵਾਲੇ ਨੇ ਨਾ ਮੇਰੇ ਹੱਡ ਗੋਡੇ ਘਸਾਤੇ ਮੈਂ ਹੁਣ ਪਿੱਠ ਸਿੱਧੀ ਕਰਨੀ ਹੈ ਪੁੱਤ ਆਜੋ ਵੀ ਜੀ ਆਜੋ ਭੈਣ ਜੀ ਆਜੋ ਅੱਜ ਕੱਲ ਮਿਸਤਰੀ ਹੈਰਾਨ ਬਹੁਤ ਕਰਦੇ ਨੇ ਨਾ ਆਹੋ ਤਾਂ ਜੀ ਬੰਦਾ ਤਾਂ ਵੈਸੇ ਚਾਹੀਦਾ ਮਿਸਤਰੀਆਂ ਦੇ ਸਿਰ ਤੇ ਪਾਣੀ ਵੀ ਲੱਭਣ ਗਰਮੀ ਲੱਗਦੀ ਹੋ ਸੱਚ ਤੁਸੀਂ ਪਟਿਆਲੇ ਕਿਹੜੇ ਪਾਸੇ ਰਹਿੰਦੇ ਹੋ ਸਟੇਸ਼ਨ ਦੇ ਕੋਲ ਸਰਕਾਰੀ ਘਰ ਮਿਲਿਆ ਫਿਰ ਵਾਢੀਆਂ ਤੋਂ ਬਾਅਦ ਚੰਨਣ 'ਤੇ ਮੈਂ ਆਵਾਂਗੇ ਆ ਜੀ ਪਰ ਸਾਈਕਲ 'ਤੇ ਨਹੀਂ ਲਾਰੀ 'ਤੇ ਆਇਓ ਅਤੇ ਦੂਜਾ ਭਾਅ ਜੀ ਨੂੰ ਕਹੀਂ ਪੱਗ ਬੰਨ ਕੇ ਆਉਣ ਕਿਤੇ ਸਾਫੇ 'ਚ ਨਾ ਆ ਜਾਣ ਤੈਨੂੰ ਤਾਂ ਪਤਾ ਹੀ ਹੈ ਮੇਰੀ ਸੱਸ ਦੇ ਸੁਭਾਅ ਦਾ ਸੱਸ ਦਾ ਸੁਭਾਅ ਤਾਂ ਬੜਾ ਕਪੱਤਾ ਤੁਹਾਡੀ ਦਾ ਰੇਸ਼ਮ ਭਾਈ ਅਜੀ ਵੀ ਤਾਂ ਡਰਦੇ ਨੇ ਉਹਨਾਂ ਕੋਲੋਂ ਉਹ ਤਾਂ ਕੁਸਕਦੇ ਵੀ ਨਹੀਂ ਹੈਗੀ ਇਹੋ ਜੀ ਭੈਣੇ ਭੈਣੇ ਚੀਜੂ ਅਜੀ ਸਾਰਿਆਂ ਨੂੰ ਬੰਬੂ ਕੱਟ ਤੇ ਚਾਟੀਆਂ ਦੇ ਰਹੇ ਆ ਚੱਲ ਨਹੀਂ ਪੱਕੋ ਤੂੰ ਇੱਧਰ ਆਟਾ ਸਾਂਭ ਉਹ
ਬੇਬੇ ਜੀ ਇਹ ਕਿਹੜਾ ਗਧਾ ਜਿਹੜਾ ਟਪੂਸੀ ਮਾਰ ਕੇ ਸਿੱਟ ਦੂਗਾ ਆਹ ਦੇਖੋ ਇਹਦਾ ਕੰਨ ਜਿਹਾ ਮਰੋੜਨਾ ਹੈ ਐਂ ਤੁਰ ਪੈਣਾ ਹੈ ਆਹ ਦੇਖੋ ਐਂ ਪੈਰ ਨਾਲ ਦੱਬਣਾ ਨਾਲ ਹੀ ਬ੍ਰੇਕ ਲੱਗ ਜਾਣੀ ਹੈ ਕੁਛ ਨਹੀਂ ਤੁਸੀਂ ਤਾਂ ਉਹੀ ਡਰੀਏ ਨੇ ਬਹਿ ਜਾਓ ਨਾ ਨਾ ਮੈਂ ਨਹੀਂ ਬਹਿਦੀ ਮੈਂ ਤਾਂ ਡਿੱਗ ਪਊਂ ਬੇਬੇ ਜੀ ਉਹ ਰਹਿ ਤੋਂ ਅਫਸਰੋ ਦੌਰਾ ਪੈ ਜੂ ਮਰ ਜੂਗੀ ਭਾਜੀ ਭਾਜੀ ਇੱਕ ਗੇੜਾ ਮੇਰਾ ਵੀ ਲਵਾ ਦਿਓ ਲੈ ਗੇੜਾ ਲਵਾ ਦਿਓ ਤੇਰਾ ਦੇਖ ਤਾਂ ਸਹੀ ਫਤੂਈ ਤੇਰੀ ਕਾਲਸ ਨਾਲ ਲਿਪੜੀ ਪਈ ਹੈ ਚਾਦਰਾ ਤੇਰਾ ਚਾਸੀ ਨਾਲ ਭੇਜਿਆ ਪਿਆ ਗੱਲਾਂ ਕਰਦਾ ਉਹ ਚੱਲ ਬੰਬੂ ਕਾਟ ਕੇ ਅੰਦਰ ਕਰਦੀ ਚੱਲ ਇੱਥੋਂ ਉਹ ਨਾਲੇ ਖੋਆ ਇਕੱਲੇ ਹੀ ਨਾ ਖਾ ਕਰ ਦੇਖ ਕਿਵੇਂ ਮੁਗਦਰ ਮੰਗੂ ਪਲਿਆ ਹੋਇਆ ਤਾਂ ਫਿਰ ਤਾਇਆ ਜੀ ਨੂੰ ਵੀ ਝੂਟਾ ਦਵਾ ਦੋ ਲੈ ਆਜੋ ਆਜੋ ਲੈ ਆ ਗਿਆ ਮੈਂ ਬਧੀਰਾ ਸੋ ਅੱਗੇ ਤੇ ਚੜਿਆ ਮੈਂ ਨਹੀਂ ਡਰਦਾ ਉਹ ਲੰਡਦਾਰਾ ਬਚ ਕੇ ਇੱਕਦਮ ਐਸਾ ਸਿੰਘਾਂ ਨੂੰ ਫੜ ਕੇ ਬਹਿ ਜਾਏਗਾ ਤੇਰੇ ਵਾਂਗੂ ਗੋਗਣ ਨਹੀਂ ਫਸਦੀ ਮੇਰੀ ਆਹ ਬਹਿ ਗਿਆ ਲੈ ਉਹ ਤਾਇਆ ਜੀ ਦੋਨੇ ਪਾਸੇ ਲੱਤਾਂ ਕਰਕੇ ਬੈਠੋ ਉਹ ਨਹੀਂ ਮੇਰੇ ਚਾਦਰੇ ਚ ਹਵਾ ਵੜਜੂ ਤਾਇਆ ਜੀ ਐਂ ਤਾਂ ਜਨਾਨੀਆਂ ਬਹਿੰਦੀਆਂ ਹੁੰਦੀਆਂ ਨੇ ਸਾਰੀ ਸੀਟ ਲਪੇੜਤੀ ਜਮਾ ਹੀ ਚੱਲੀ ਹੈ ਕੁੜੀ ਤੁਸੀਂ ਇੱਕ ਕੰਮ ਕਰੋ ਤੁਸੀਂ ਨਾ ਉਹਨੂੰ ਝੂਟਾ ਦਵਾ ਦੋ ਆ ਜਾ ਬੋਲੀ ਮੈਂ ਜਮਾ ਹੀ ਚੱਲੀ ਹੈ ਕੁੜੀ ਬੋਲੀ ਬਚ ਕੇ ਮੋੜ ਤੋਂ ਗੋਡਾ ਟੁੱਟ ਜੂ ਜੋਰ ਤੋਂ ਫੜਕੇ ਰੱਖੀ ਫੜਕੇ ਦੇਖਿਆ ਨਾ ਵੀ ਵਿਚਾਲੇ ਕੋਈ ਲਾਲ ਝੰਡੀ ਘੁਮਾਉਂਦਾ ਉਹਨੇ ਨਾਲ ਹੀ ਕੱਢਤੀਆਂ ਬ੍ਰੇਕਾਂ ਮਾਂ ਦੇ ਪੁੱਤਾਂ ਨੇ ਟਾਇਰਾਂ ਚੋਂ ਚਿਗਾੜੀ ਕੱਢਤੇ ਐਨ ਰੁਕਦੀਆਂ 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 ਇੱਥੇ ਆ ਕੇ ਰੁਕੀਆਂ ਨੇ ਗੱਡੀਆਂ ਅੱਛਾ ਫੇਰ ਫਿਰ ਕੀ ਮੈਂ ਟੇਢਾ ਹੋ ਲੰਘਿਆ ਵਿੱਚੋਂ ਐ ਪਰ ਗੱਡੀਆਂ ਦਾ ਕੀ ਹੋਇਆ ਗੱਡੇ ਬਸ ਢੀਡ ਜਾ ਕੇ ਲੰਘੇ ਕਿਉਂਕਿ ਜ਼ਿਆਦਾ ਟਾਈਮ ਰੋਕ ਨਹੀਂ ਨਾ ਸਕਦੇ ਬਚਾ ਹੋ ਗਿਆ ਬਚਾ ਬਚਾ ਵਰਗਾ ਬਚਾ ਬਹੁਤ ਜ਼ਿਆਦਾ ਬਚਾ ਹਾਲ ਗੱਲਾਂ ਓਏ ਆ ਵੀ ਪਿਛਲਿਆ ਆ ਵੀ ਮੇਰਿਆ ਬੱਗਿਆ ਸ਼ੇਰਾ ਅੱਛਾ ਆਪਣੇ ਪਿਛਲੇ ਤੂੰ ਮੈਨੂੰ ਐਂ ਦੱਸ ਤੂੰ ਕੀ ਦੱਸ ਵਾਲਾ ਅੱਛਾ ਇਹ ਤਾਂ ਠੀਕ ਹੈ ਤੂੰ ਐਂ ਦੱਸ ਹੋਰ ਕੀ ਦੱਸ ਵਾਲਾ ਦੱਸ 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 ਮੇਰਾ ਬੱਗਾ ਸ਼ੇਰ ਦੇਖਿਆ ਚੰਨਰ ਸਿੰਘ ਅੱਜ ਕੱਲ ਦੇ ਜਵਾਕ ਆਮ ਜਿਹੇ ਬੰਦੇ ਨੂੰ ਟਿੱਚ ਜਾਣਦੇ ਨੇ ਲੈ ਲੈ ਪੱਟੀ ਲੈ ਲੈ ਚੱਕ ਪਿਛਲੇ ਲੈ ਇੱਕ ਹੋਰ ਚੱਕ ਬੱਗਾ ਸ਼ੇਰ ਉਹ ਰੇਸ਼ਮ ਸਿਆ ਤੇਰਾ ਹਾਸਾ ਖੇਡਾ ਤਾਂ ਬਹੁਤ ਹੋ ਗਿਆ ਹੁਣ ਸਾਡਾ ਵੀ ਮਨ ਖੁਸ਼ ਕਰ ਦੇ ਉਹ ਦੇਖ ਥੱਲੇ ਕਿਵੇਂ ਰੰਗ ਬੰਨਿਆ ਕੁੜੀਆਂ ਨੇ ਹੈ ਇੱਕ ਬੋਲੀ ਤੂੰ ਵੀ ਸੁਣਾ ਦੇ ਤਾਂ ਇਹ ਦੇਖੋ ਜਿਹੜਾ ਗਾਉਣ ਵਿਆਉਣ ਵਾਲਾ ਕੰਮ ਜਿਹਾ ਹੁੰਦਾ ਨਾ ਇਹ ਤਾਂ ਉਹਨਾਂ ਪੇਂਡੂ ਜਿਹੇ ਬੰਦਿਆਂ ਦਾ ਹੁੰਦਾ ਆਹ ਬੇਟਾ ਤੂੰ ਵਾਲਾ ਇਹ ਤਾਂ ਸੁਣ ਲਓ ਓਏ ਇਹ ਤਾਂ ਸੁਣਾਊਗਾ ਹੀ ਪਰ ਤੂੰ ਕਰਦਾ ਵੱਡਾ ਭਰਾਉਣਾ ਹੱਕ ਤੇਰਾ ਬਣਦਾ ਗਲਤ ਹੋ ਗਿਆ ਕੋਈ ਵੱਡੀ ਚੀਜ਼ ਸੀ ਹਾਂ ਹਾਂ ਆ ਗਿਆ ਯਾਰ ਉਹ ਬਾਰੀ ਬਰਸੀ ਕੱਟਣ ਗਿਆ ਸੀ ਬਾਰੀ ਬਰਸੀ ਕੱਟਣ ਗਿਆ ਸੀ ਖਟ ਕੇ ਲਿਆਂਦੇ ਆਂਡੇ ਉਹ ਤਾਂ ਇੰਨਾ ਗੁੰਦਾ ਹੈ ਪਰ ਗੱਲ ਤਾਂ ਵੱਡੀ ਆ ਨਾ ਗਾ ਉਹ ਲੈ ਆਂਡੀ ਜਾਂਦਾ ਪੁਰਜੀ ਉਹ ਤੁਸੀਂ ਬੋਲੀ ਤਾਂ ਪੂਰੀ ਕਰੋ ਅਫਸਰੋ ਆ ਜਾਂਦੀ ਹੈ ਉਹ ਬਾਰੀ ਬਰਸੀ ਕੱਟਣ ਗਿਆ ਸੀ ਕੱਟ ਕੇ ਲਿਆਂਦੇ ਆਂਡੇ ਸੋਚ ਲੈ ਕੇ ਨਾ ਨਾ ਹੀ ਮੇਰੇ ਉਹਨੇ ਕੱਪੜੇ ਧੋਤੇ
ਨਹੀਂ ਮੰਜੇ ਪਾਂਡੇ ਚੱਕ 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 ਉਹ ਚੱਕ ਮਿਸ਼ਰਾ ਚੱਕ ਜੀ ਅਫਸਰੋ ਬੈਠੋ ਤਾਂ ਸਹੀ ਬਹਿ ਜਾਓ ਆ ਤਾਂ ਤੂੰ ਗੱਡੀ ਵਾਲੀ ਗੱਲ ਮੰਗੂ ਧੱਕਾ ਜਿਹਾ ਕਰ ਗਿਆ ਲਓ ਬਈ ਹੁਣ ਚੰਨਣ ਸਿੰਘ ਥੂਹੀ ਵਾਲਾ ਇਹ ਬੰਨੂ ਰੰਗ ਇੱਥੇ ਰੱਖ तारे नच नच बेड़ा पट दूं चढ़ी आण दे अंबर ते तारे नच नच बेड़ा पट दूं तेरी सास दा रेशमी सूट किन्ना सोना सूट है ते तेरे प्रौने दी वैल दी पग वैल दी पग क्यों तेरा प्रौना है भी तो वैली जिया रहन देना सी ताई जी सुखना वीर दा व्याह करना अगे एवें बथेरा खर्चा हो जाना है क्यों रहन देना सी है चली ना होए ता रख ला पुत्ते तू तो अफसर ने चुटना बैठना हुंदा तू कड़े साडे वांग चूल्हे मुरे सड़ना है आहो एदी सस ता है भी बड़ी कपत्ती उच्चा सुनदी है ना मैं नू रख के आनी हां ले पक्को प्रौने दी पग सौरे दी लोई तेरा ते तेरी सास दा सूट बहुत ताई एह उस सानू इन्ने हौले सूट ही रह गए सी सम्मी भैन नू ता तुसी भारी सूट दित्ते ने ले दस मैनू ता तुसी दोवें ही इक्को जइयां हो पर की करिए परिवारां दे हिसाब नाल सौ तरह दे विचार करने ही पैंदे आ क्यों भैणे मैं मुड़ के जर्ग नहीं होना सही गल आ वाटी बहुत पै जांदी आ मेरी आप पिंजनियां दोहां लापियां जोर ला ला के मखौल वाली गल नहीं हैगी
ਓਏ ਜਾਣੇ ਮੇਰੀਏ ਵਿਆਹ ਵਾਲੇ ਘਰ ਮਾੜੇ ਮੋਟੇ ਗਲੇ ਚਿਕਲੇ ਹੁੰਦੇ ਰਹਿੰਦੇ ਆ ਐਵੇਂ ਗੱਲ ਦਿਲ ਨਹੀਂ ਲਾਈਦੀ ਮੈਨੂੰ ਆਪਣੀ ਫਿਕਰ ਨਹੀਂ ਹੈਗੀ ਪਰ ਬੰਦਾ ਘਰ ਆਏ ਜਵਾਈ ਦਾ ਮਾਣ ਤਾਂ ਰੱਖੇ ਉਹ ਮੇਰੇ ਨਾਲ ਤੂੰ ਵਿਆਹਤੀ ਇਦੋਂ ਵੱਧ ਮਾਣ ਕੀ ਕਰਨਾ ਉਹਨਾਂ ਨੇ ਮੇਰਾ ਐਂ ਤਾਂ ਮਨ ਨੂੰ ਜਿਵੇਂ ਮਰਜ਼ੀ ਸਮਝਾਈ ਜਾਓ ਅੱਛਾ ਜੀ ਲੈ ਵੀ ਜੀ ਇਹ ਗੱਲ ਆ ਅੱਜ ਤੋਂ ਬਾਅਦ ਜੱਟ ਇੱਕੋ ਸ਼ਰਤ 'ਤੇ ਤੇਰੇ ਪੇਕੀ ਜਾਊਗਾ ਕੀ ਆਉਂਦੀ ਵਾਰੀ ਸਾਈਕਲ ਮੈਂ ਚਲਾਊਂਗਾ ਜਾਂਦੀ ਵਾਰੀ ਸਾਈਕਲ ਤੁਸੀਂ ਚਲਾਓਗੇ ਓਏ ਅੰਤਾ ਸਪਾ ਜੀ ਆਪਾਂ ਬੰਬੂ ਕਾਟ ਨਹੀਂ ਲੈ ਸਕਦੇ ਓਏ ਚੱਤੋ ਪੈਰ ਇੰਜਣਾਂ ਮਸ਼ੀਨਾਂ ਦੀ ਖੋਲ ਬੰਨ ਚ ਲੱਗਾ ਰਹਿਣਾ ਭੋਰਾ ਤੇਲ ਆਪਣੇ ਦਿਮਾਗ ਨੂੰ ਵੀ ਦੇ ਲਿਆ ਕਰ ਮੈਂ ਹੁਣ ਤੈਨੂੰ ਕਿੱਥੋਂ ਲੈ ਕੇ ਦੇ ਦਾਂ ਬੰਬੂ ਕਾਠ ਕਿਹੋ ਜਿਹੀਆਂ ਗੱਲਾਂ ਕਰਦਾ ਚੰਨਣਾ ਆਪਣੇ ਕੋਲੋਂ ਤਾਂ ਅਜੇ ਤੱਕ ਆ ਡੰਗਰਾਂ ਦੇ ਕੋਠੇ ਦੀ ਛੱਤ ਨਹੀਂ ਪਵਾਈ ਗਈ ਬਾਪੂ ਜੀ ਇੱਕ ਵਾਰੀ ਲੈਣ ਦਾ ਖਰਚਾ ਹੀ ਆ ਜੀ ਮੁੜ ਕੇ ਸਾਰੀ ਉਮਰ ਦਾ ਸੰਦ ਬਣ ਜਾਣਾ ਓਏ ਆਉਣਾ ਜਾਣਾ ਵੀ ਸਖਾਲਾ ਹੋ ਜਾਊਗਾ ਆਹੋ ਕਾਨੂੰ ਕੋ ਲੱਗਿਆ ਹੋਇਆ ਨਾ ਤੂੰ ਅਖੇ ਆਉਣਾ ਜਾਣਾ ਸਖਾਲਾ ਹੋ ਜੂ ਪੁੱਤ ਮੇਰਿਆ ਜੇ ਦੂਜੇ ਦਾ ਮੂੰਹ ਲਾਲ ਹੋਵੇ ਨਾ ਤਾਂ ਆਪਣਾ ਚਪੇੜਾ ਮਾਰ ਕੇ ਲਾਲ ਨਹੀਂ ਕਹੀਦਾ ਹੁੰਦਾ ਸਭ ਜਾਣਦਾ ਮੈਂ ਤੈਨੂੰ ਬਾਪ ਆ ਤੇਰਾ ਆਪਣੇ ਸਾਧੂ ਦੇ ਰੀਸਾ ਕਰਦਾ ਤੂੰ ਹੋਰ ਕੀ ਪੁੱਤ ਅਗਲੇ ਦੇ ਖੀਸੇ ਵਿੱਚ ਤੇ ਹਰ ਮਹੀਨੇ ਤਨਖਾਹ ਪੈਂਦੀ ਆ ਤੇ ਸਾਡੇ ਵਰਗਿਆਂ ਨੇ ਸਾਲ ਛਮਾਈ ਜਾ ਕੇ ਕਿਤੇ ਪੈਸੇ ਦਾ ਮੂੰਹ ਵੇਖਣਾ ਹੁੰਦਾ ਤੂੰ ਸਹੁਰਿਆਂ ਤੋਂ ਨਵੀਂ ਸ਼ੁਰਲੀ ਚੁੱਕ ਲਿਆਇਆ ਆਪਣੀ ਚਾਦਰ ਵੇਖ ਕੇ ਪੈਰ ਪਸਾਰੀ ਦਾ ਹੁੰਦਾ ਹੈ ਚੰਨ ਉਹ ਨਾਲੇ ਉਹ ਪੈਸੇ ਕਿਹੜਾ ਬੈਠੇ ਰਹਿੰਦੇ ਨੇ ਸਾਰੇ ਦਾ ਪਹਿਲਾਂ ਲੱਗੇ ਹੁੰਦੇ ਨੇ ਮੰਨਿਆ ਤੈਨੂੰ ਮਸ਼ੀਨਾਂ ਦਾ ਸ਼ੌਂਕ ਹੈ ਚੰਨਣਾ ਪਰ ਇਹੋ ਜਿਹੀ ਮਸ਼ੀਨਾਂ ਨੂੰ ਕੀ ਕਰਨਾ ਜਿਹਦਾ ਕਰਜ਼ਾ ਲਾਉਂਦੇ ਉਮਰ ਲੰਘ ਜੇ ਉਹ ਮੈਨੂੰ ਆਏ ਸਮਝ ਨਹੀਂ ਆਉਂਦੀ ਇਹਦੇ ਦਿਮਾਗ ਨੂੰ ਹੋਇਆ ਕੀ ਹੈ ਯਾਰ ਨਾਲੇ ਬੰਬੂ ਕਾੜਨੇ ਕਿਹੜਾ ਕੁਝ ਵੱਟ ਕੇ ਦੇਣਾ ਉਹਨੇ ਤਾਂ ਤੇਲ ਹੀ ਪੀਣਾ ਮੈਂ ਕਿਹਾ ਜੀ ਤੁਹਾਡਾ ਪਾਣੀ ਗਰਮ ਹੋ ਗਿਆ ਤੁਸੀਂ ਨਹਾ ਲਓ ਜਾ ਨਹਾ ਮੇਰਾ ਪੁੱਤ ਓਏ ਸਿਰ 'ਚ ਪਾਣੀ ਪਾ ਦਿਮਾਗ ਠੰਡਾ ਹੋਵੇ ਤੇਰਾ ਉਹ ਕਿਸੇ ਕੰਮ ਧੰਦੇ ਲੱਗ ਜਾ ਓਏ ਕਿੱਥੇ ਲਹੂ ਪੀਤਾ ਇਹਨਾਂ ਨੇ ਮੇਰਾ ਤੁਸੀਂ ਦੁਬਾਰਾ ਇਹ ਗੱਲ ਬਾਪੂ ਜੀ ਕੋਲੇ ਨਾ ਕਰਿਓ ਆਪਾਂ ਨੂੰ ਹੀ ਚਾਹੀਦਾ ਬੰਬੂ ਕਾਠ ਉਹ ਕੱਲ ਹੇਮ ਚੱਲਿਆ ਸੰਗਰੂਰ ਦੀ ਮੰਡੀ ਬੋਤਾ ਲੈ ਕੇ ਤੂੰ ਵੀ ਗਾਵਾਂ ਲੈ ਕੇ ਨਾਲ ਜਾਈ ਉਹਦੇ ਮੈਂ ਹਾਕਮ ਨਾਲ ਮੱਝ ਦੀ ਗੱਲ ਕੀਤੀ ਹੋਈ ਹੈ ਆ ਲੈ ਲਓ ਯਾ ਬਹੁਤ ਬੁਰੇ ਨਸਲ ਹੈ ਜੀ ਹਾਂਜੀ ਪੰਜ ਰੁਪਏ ਨਹੀਂ ਨਹੀਂ ਬਈ ਬਹੁਤ ਜ਼ਿਆਦਾ ਤਾਂ ਮੁਲਤਾ ਬਈ ਨਸਲ ਕਿਹੜੀ ਆ ਉਹ ਨੁਕਰਾ ਨੁਕਰਾ ਇੱਧਰ ਵੇਖ ਇੱਧਰ ਉਹ ਦੁੱਧ ਕਿੰਨਾ ਦਿੰਦੀ ਹੈ ਬਾਈ 10 ਕਿਲੋ ਦੁੱਧ ਦਿੰਦੀ ਆ ਬਈ ਦੋ ਡੰਗਾਂ ਦਾ 2.5 ਰੁਪਏ ਠੀਕ ਹੈ ਬਈ 100 ਰੁਪਇਆ ਨਹੀਂ ਯਾਰ ਇੰਨਾ ਨਹੀਂ 50 ਰੁਪਏ ਇੱਕ 50 ਦੋ 80 ਰੁਪਏ 75 ਰੁਪਏ ਦੇ ਦੇਵਾਂਗੇ ਇਹਦੇ ਹਾਂ ਵੀ ਆ ਜਾਓ ਵਧੀਆ ਨਸਲ ਦਾ ਬੋਤਾ ਜੈਸਲ ਮੇਰੀ ਬੋਤਾ ਹੈ ਇਸ ਰੇਟ ਨੂੰ ਇਹੋ ਜਿਹਾ ਜਾਨਵਰ ਨਹੀਂ ਮਿਲਦਾ ਮੰਦਾ ਮੁੱਲ ਹੈ 160 ਤੋਂ ਸ਼ੁਰੂ ਹੈ ਹਾਂ ਵੀ 160 ਇੱਕ 160 ਦੋ 170 170 ਬਈ ਬਿਲਕੁਲ ਹੋਰ ਇਹ ਤੋਂ ਵੱਧ ਦੇਣ ਵਾਲਾ ਹੈ ਕੋਈ ਹਾਂ ਬਈ 170 ਇੱਕ 170 ਦੋ ਹਾਂ ਇਹ ਤੋਂ ਵੱਧ ਮੁੱਲ ਲਾਉਣ ਵਾਲਾ ਹੈਗਾ ਕੋਈ ਬਈ 170 ਤਿੰਨ ਲੈ ਵੀ ਬਾਪੂ ਹੋ ਗਿਆ ਬੋਤਾ ਤੇਰਾ ਹੈ ਗਿਣਾ ਕੇਰਾ ਰੱਖ ਮੇਦਰ ਹਾਂ ਗਿਣਾ ਦੇ ਕੇਰਾ ਹੁਣ ਗਿਣਾ ਲੈ ਵੀ ਫੜ ਗਿਣੇ ਹੋਇਆ ਆਹੋ ਲੈ ਬਈ ਲੈ ਵੀ ਆਪਣੀ ਤਸੱਲੀ ਤਸੱਲੀ ਕਰ ਲਓ ਚੰਗੀ ਤਰ੍ਹਾਂ ਹੈ ਨਾਲੇ ਦੱਸ ਦੋ ਹੁਣ ਚੱਬਾ ਚੁੱਬਾ ਤਾਂ ਨਹੀਂ ਮਾਰਦਾ ਇਹ ਮੈਂ ਕਹਿੰਦਾ ਇੰਨਾ ਅਸੀਲ ਹੈ ਚਾਹੇ ਜਵਾਕ ਪਿੰਗਾ ਪਾਪਾ ਖੇਡੀ ਜਾਣ ਬੋਤੇ ਤੇ ਨਹੀਂ ਕੁਛ ਕਹਿੰਦਾ ਚੰਗਾ ਖੋਲ ਮਹਾਰ ਪਾ ਬਾਪੂ ਦੀ ਝੋਲੀ 'ਚ ਫਿਰ ਹਾਂ ਵੀ ਤੂੰ ਵੀ ਦੱਸ ਦੇ ਹੁਣ ਉਪਰਾ ਉਪਰਾ ਤਾਂ ਨਹੀਂ ਕਰਦਾ ਇਹ ਯਾਰ ਅਸੀਂ ਕਿਹੜਾ ਨਿੱਕੇ ਹੁੰਦੇ ਨੂੰ ਨਾਨਕੀ ਛੱਡ ਕੇ ਦੇਖਿਆ ਲੰਗਰ ਪਸ਼ੂ ਆ ਮਾੜਾ ਮੋਟਾ ਤਾਂ ਹਿਰਵਾ ਕਰਦਾ ਹੀ ਹੈ ਆ ਲਓ ਜੀ ਬਾਪੂ ਜੀ ਇੱਕ ਅੱਧੇ ਦਿਨ ਦੀ ਤਾਂ ਕੋਈ ਗੱਲ ਨਹੀਂ ਹਾਂਜੀ ਹਾਂਜੀ ਪਹਿਲਾਂ ਹੀ ਯਾਦ ਹੈ ਮੈਨੂੰ ਲਓ ਜੀ ਰੱਬ ਵਾਧਾ ਕਰੇ ਹਾਂ ਚੰਗਾ ਬਈ ਚੰਗਾ ਲੈ ਮਾਲਕ ਵਾਧਾ ਕਰੂਗਾ ਲੈ ਜਾ ਵੀ ਲੈ ਜਾ ਕੇ ਵਧੀਆ ਹੋ ਗਿਆ ਜੀ ਹਾਂ ਕੋਈ ਗੱਲ ਸੁਣ ਆ ਵੀ ਨਾਲ ਪਾਲੇ ਜਿੱਬੀ 'ਚ 190 ਨੇ ਦੇਖ ਲੈ ਚਲਣਾ ਮਾਤਾ ਰਾਣੀ ਦੀ ਕਿੰਨੀ ਕਿਰਪਾ ਹੈ ਇੰਨੇ ਇਕੱਠੇ ਪੈਸੇ ਮੈਂ ਕਦੇ ਨਹੀਂ ਦੇਖੀ 350 ਸੌਂ ਲੱਗੇ ਢਾਂਡੀ ਦੀ ਮੇਰਾ ਆਪ ਜੀ ਕਰੀ ਜਾਂਦਾ ਸਾਰਾ ਸੰਗਰੂਰ ਸ਼ਹਿਰ ਖਰੀਦਣਾ ਸਣੇ ਬਣਾਸਤਰ ਬਾਗ ਓਏ ਇੱਕ ਮਿੰਟ ਆਪਾਂ ਸੰਗਰੂਰ ਨਾਲ ਚੱਲੀ ਚਾਹ ਪੀਣਾ ਉੱਥੇ ਚਿੜੀਆਂ ਦੁੱਧ ਦੀ ਮਿਲਦੀ ਤੇ ਬਹਿ ਕੇ ਬਾਹਰ ਪੀ ਲਾ ਢਾਬੇ ਤੇ ਉਹ ਨਹੀਂ ਸੰਗਮ ਹੋਟਲ ਉੱਥੇ ਉੱਥੇ ਪੱਖਾ ਘੁੱਕਦਾ ਬਿਜਲੀ ਵਾਲਾ ਆਪਣੇ ਪਿੰਡ ਦਾ ਪਤਾ ਨਹੀਂ ਕਦੋਂ ਬਿਜਲੀ ਆਵੇ ਲੈ ਹਾਂ ਆ ਚੱਲੀਏ ਆ ਜਾ ਕਿਉਂ ਘੁੱਕਦਾ ਨਾ ਉਰੀ ਵਾਂਗੂ ਪਰ ਇੰਜਣ ਕਿੱਥੇ ਇਹਦਾ ਉਹ ਤਾਂ ਛੱਤ ਤੇ ਪਿਆ ਹੋਣਾ ਥੈਂਕ ਯੂ
भैया कदों चले जी मंबूघाट। और चलने तो बहुत साल हो गए पर मैं इसे साल लिया एन फिर 500 सीसी कहते हैं कि 500 शीशियां भी रखनी पैंदी है की गल बंबूघाट खंघ हुई भी है ता ही मैं लगता धुक धुक जा करके चलता हूं है ना। खंघ नहीं शक्ति है 500 सीसी शक्ति बंबूघाट है कि कोई देवी देवता ही ले फिरदा भाई देवी देवता समझ झोटे जिनी जाने च कोई शक नहीं भाई लाजवाब चीज बनाई है भाई ओए होए सिर ही करे पे भाई भाई तो लाइट भी सुकना झोटे के सिर अर्गी किन्ने दा भाई ये 2500 दा लेना सी नहीं भाई मैं तो सुपना ही लेना सी सुपना तेरा पूरा कर दिने आ भाई पूछना तो नहीं बनता किन्ने दा बेचना भाई मुल तो बहुत आ मैनू हैगी पैसे की लोड़ 1200 दा दे देने ले ये तो फिर ना बेचने वाली गल्ला ही हुई भाई 1200 ज्यादा भाई मेरे लिए ओ चंगा यार तेरा हुण मैं दिल नहीं तोड़दा 1000 दे दी यार भी ज्यादा भाई ओ भाई यार जे तू 500 च भी छटिया सी तां भी नहीं ले सकते साडे कोल है ही नहीं कमाल दी गल है यार 900 दे चल ना 800 यार तू क्यों बोली जी तोड़ी जाना 350 रुपये अपने कोले वो भी करे देना गोजी वाले 5 रुपये ने अपने कोले सिर्फ ओदा केड़ा ले लेंगे हेलीकॉप्टर तू पंडता मैं गल मानता पर साला स्वाद ही बड़ा ही आंदा बोली ला के घर दे अपनी हड्डियां तोड़ के भी स्वाद पूरा लेंगे ओ मेरी छड यार तू दस किन्ने दिना भाई मेरे कोले उक्का बुक्का 300 रुपये है ओ पतंदरा इन्हें तो बीकानेरी बोता नहीं आता होर बद माड़े मोटे ओ असी नहीं लेना भाई आपदे नू लै जा तू भाई अखीरली गल 350 पंजी उत्ते नहीं पंजी थले नहीं लिया यार चल छड लिया कर तू मन जाओ भाई बनके ओ पड़ता ही तू सस्ता बंबूघाट नहीं मिल सकदा ओए ओ तू कर दे तू झुंडे पटावेगा ओ झुंडे पटा के वेह जा सौदा माड़ा नहीं यार ओए कोई रूसी राकेट ते बैठ के चन्न ते जान दा इन्ना स्वाद नहीं आउंदा जिन्ना ए ते बैठ के सौरी जान दा ओ मान लै यार भाई नहीं फड़ा दे यार हाल वीरे ले फड़ ते कर ला आपदे सुपने पूरे नाले सारी जिंदगी याद रखेगा मैनू ਉਹ ਇਹਨੂੰ ਲੈ ਕੇ ਕਿਵੇਂ ਜਾਵਾਂਗੇ ਇਹ ਕਿਹੜਾ ਬਲਦਾ ਵੀ ਨੱਥ ਫੜ ਕੇ ਲੈ ਜਾਵਾਂਗੇ ਆਉਂਦਾ ਤਾਂ ਮੈਨੂੰ ਵੀ ਨਹੀਂ ਉਹ ਛੇਤੀ ਸਿੱਖ ਲਓ ਚੱਲਣਾ ਤਾਂ ਹੀ ਤਾਂ ਲੋਕ ਆਖਣਗੇ ਪੰਪ ਕੱਢਦੇ ਕੁੱਤੇ ਫੇਲ ਨੇ ਹਾਏ ਓਏ ਉਹ ਇਹਨੂੰ ਤਾਂ ਮੈਨੂੰ ਲੱਗਦਾ ਕੈਂਚੀ ਵੀ ਨਹੀਂ ਚਲਾ ਸਕਦੇ ਆਪਾਂ ਇਹਦੇ ਨਾਲ ਤਾਂ ਬਹੁਤਾ ਹੀ ਚੰਗਾ ਸੀ ਆਹੋ ਬਹੁਤਾ ਤਾਂ ਬਹੁਤ ਕੈਂਚੀ ਚਲਾਉਂਦਾ ਰਹਿਣਾ ਤੂੰ ਉਹਨੂੰ ਇੱਛ ਇੱਛ ਕਰਕੇ ਬਿਠਾ ਤਾਂ ਲੈਂਦੇ ਸੀ ਇਹ ਸੁਗਾਤ ਲੈ ਤਾਂ ਲਈ ਹੁਣ ਘਰੇ ਜਾ ਕੇ ਕੀ ਦੱਸਾਂਗੇ ਓ ਇੱਧਰ ਆ ਪਰਦੇ ਦੀ ਗੱਲ ਕਰਨੀ ਕੋਈ ਓਏ ਉਰੇ ਆ ਹਾਂ ਚੱਲ ਦੱਸ ਲੁੱਟੇ ਗਏ ਓ ਜਾ ਕੁਰੇ ਇੱਧਰ ਆ ਓ ਐ ਕਿ ਮੈਨੂੰ ਲੁੱਟ ਗਏ ਤੁਸੀਂ ਹਾਂ ਮੈਂ ਮਰ ਗਈ ਓ ਕੀ ਹੋ ਗਿਆ ਓ ਕੀ ਹੋ ਗਿਆ ਬਾਪੂ ਜੀ ਸਾਡਾ ਸਾਰਾ ਕੁਝ ਲੈ ਕੇ ਖੋ ਗਏ ਇੰਤੇ ਮਰਦਾ ਮਰਦਾ ਬਚੇ ਬਾਪੂ ਜੀ ਸ਼ਾਂਤੀ ਮਲ ਕੇ ਜਾਂਦਾ ਕੀਤਾ ਕਿਤੇ ਕੁਝ ਸੰਤਰੀ ਲੱਗੇ ਪੁੱਤ ਬੇਬੇ ਮੇਰਾ ਗਲਾ ਘੁੱਟਦਾ ਬੇਬੇ ਐ ਸਵਾਵ ਆ ਗਿਆ ਐ ਕਰਕੇ ਗਲਾ ਘੁੱਟਾ ਬੇਬੇ ਨੇ ਮੇਰਾ ਰੱਜ ਕੇ ਵੈਂਟਾ ਲਾਇਆ ਬੇਬੇ ਇਹਦਾ ਉਹਨਾਂ ਨੇ ਬਾਅਦ ਚ ਇਤੇ ਵਧੀ ਨੂੰ ਬਚਿਆ ਬੇਬੇ ਸ਼ੁਕਰ ਕਰ ਜਾਨ ਬਚ ਗਈ ਜਾਨੀ ਦੁੱਧ ਲੈ ਹਲਦੀ ਪਾ ਕੇ ਮੈਂ ਹੁਣੇ ਲਈ ਬੇਬੇ ਕਿਉਂ ਵੀ ਪਾ ਲਿਆ ਹੁਣੇ ਲਈ ਨਾੜਾ ਖੁੱਲ ਜਾਣਗੀਆਂ ਬਾਪੂ ਜੀ ਸਾਡਾ ਸਾਰਾ ਕੁਝ ਲੈ ਗਏ ਖੋ ਕੇ ਪੈਸੇ ਵੀ ਲੈ ਗਏ ਸਾਰੇ ਪੈਸਿਆਂ ਦੀ ਖਾਦੀ ਘੜੀ ਆ ਫੇਰ ਕਮਾਏ ਜਾਣਗੇ ਸ਼ੁਕਰ ਕਰੋ ਤੁਹਾਡੀ ਜਾਨ ਬਚ ਗਈ ਓਏ ਇੰਨੇ ਪੈਸੇ ਕਿੱਥੋਂ ਕਮਾਣਗੇ ਹੈ ਦੋਵੇਂ ਤਾਂ ਵੇਲਣ ਨੇ ਨਿਕੰਮੇ ਕਿਸੇ ਥਾਂ ਦੇ ਅਹੇ ਚੁੱਪ ਕਰ ਜਾ ਤੁਸੀਂ ਵੇਲਾ ਕਿ ਵੇਲਾ ਦੇਖ ਲੈ ਕਰੋ ਮੇਰੇ ਓ ਮੈਂ ਕੀ ਚੁੱਪ ਕਰ ਜਾ ਦੋਹੇ ਘੋੜਿਆਂ ਵਰਗੇ ਪਏ ਨੇ ਥੋਤੋਂ ਕੁਝ ਨਹੀਂ ਸਰਿਆ ਚਾਰ ਚਾਰ ਮਾਰਦੇ ਮੋਰਾਂ ਚ ਅਹੀਂ ਮਹਾਰਾਣੇ ਪ੍ਰਤਾਪ ਆ ਬਾਪੂ ਜੀ ਆ ਕੋਪਾ ਵੀੜ ਗਏ ਸੀ ਓਏ ਓਏ ਨਿਕੰਮੇ ਓ ਥੋਤੋਂ ਕੁਝ ਵੀ ਨਹੀਂ ਸਰਿਆ ਕਿਉਂ ਨਹੀਂ ਸਰਿਆ ਅਸੀਂ ਵੀ ਮਾਵਾ ਭੈਣਾਂ ਦੀਆਂ ਗਲਾਂ ਕੱਢੀਆਂ ਉਹਨਾਂ ਨੂੰ ਫੇਰ ਨਹੀਂ ਪਿੱਛੇ ਮੁੜ ਕੇ ਦੇਖੇ ਸਾਲੇ ਓਏ ਸ਼ਰਮ ਕਰੋ ਸ਼ਰਮ ਸ਼ਰਮੋ ਡੁੱਬ ਕੇ ਮਰ ਜਾਓ ਕਿਸੇ ਨਹਿਰ ਚ ਚੰਮਣ ਨੂੰ ਪਈਆਂ ਸੀ ਜਿਣਸਾਂ ਆ ਗਏ ਛੱਤਰ ਖਾ ਕੇ ਮਰ ਜਾਓ ਮੇਰੇ ਪੁੱਤ ਮਾਂ ਮੁੱਝੇ ਤੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਇਹ ਕਲੇੜਾ ਓਏ ਮੇਰੇ ਪੁੱਤ ਬੇਬੇ ਜੇ ਤੁਹਾਨੂੰ ਕੜਾ ਹਟਾਉਂਦਾ ਤਾਂ ਮਾਂ ਕੀ ਕਰਦੀ ਮੁੱਤ ਮੈਂ ਉਹਨਾਂ ਤਾਂ ਨੇ ਤੇਲ ਨਹੀਂ ਪੀਣਾ ਜਿੰਨਾ ਮੇਰਾ ਲਹੂ ਪੀ ਗਿਆ ਹੈ ਆਹੋ ਖੜ ਜਾ ਓਏ ਕਿੱਥੋਂ ਚੱਲੂਗਾ ਇਹ ਇਹਦੇ ਕਿਤੇ ਹੈਂਡਲ ਹੁੰਡਲ ਪਊਗਾ ਜਾਂ ਪੁਲੀ ਫੜ ਜਾ ਯਾਰ ਆਪੇ ਸੰਭੂ ਕੀ ਹੈ ਇੱਥੇ
आजा बैजा कुंजी। मैनू भुख लगी है, मैं रोटी खानी है, मेरी मनो तुसी डोलू चू पवा लो। वो असी लस्सी लेना है डोलू नू। इत्थे पा बहुतियां जनानियां सौरी जाके मुंह कसुन्नर का बना के रख दियां। तू पहली है जिहदी पेके नाल नहीं बनदी। होर की साडे गियां दा केड़ा उन्हां ने कोई चा करना हुंदा। बस सारे ने रेशम भाई अजी दे आले दुआले फिरी जाना। ओ सारियां दातां रब दे हथ हुंदियां ने। पर तुसी कोई गल दिल ते नहीं लाउणी। तुहाडा सत्कार मेरे पेक्यां बूहे घट हो पर मेरे दिल च सब नालों वधदा। ओए होए आ की तीरसियाल वाली गल बई। अंदर कित्थे वड़ गए? ब्रिंडा लड़ा लेनिया ने तुसी। मेनू तो डर लगता। घबरा ना, तू नहीं चलाउंदा, मैं आपे चलाऊंगा। बह जा, बैठ बैठ।
अपने पेक्यां नूं समझा दी। जे किसे ने बंबू गार्ड दे कोले खड़ा होना ना, नहा धो के खड़ा होवे। जी मेरी फुलकारी किवें लग रही है सूट नाल? ओ मैं धूरी वाला कांटा खिंचा, तू बाले वाली पट्टी ते जा पई। हाँ जी, की क्या? मैं कहा भी जिन्ने दिन भी हुण ब्याह चलू ना, ब्याह ब्याह दे विच आ बंबू गार्ड संदूक वाले कमरे च खड़ूगा। पर उत्थे तां बाबा जी पैंदे आ। ओ चार दिन बाहर पै जूगा तेरा बाबा, उहदा किहड़ा रंग लैंदा? इह अज दी चीज़ आ, बाबा थोड़ा उस जमाने दा जदों फौजां वी चपेड़ां नाल लड़दियां हुंदियां सी। गल्लां करदी आ। ओए आ साइकिल दी लीह किवें डिक डोले जे खांदी जांदी आ। लगता है तुई वाला पट्ठे पुठे पाके तड़के निकल गया। कोई ना, आ गया मैं भी। Alcohol consumption is injurious to health. शराब पीना सेहत वास्ते हानिकारक है। चन्नन सिया ये बंबू काट की भाई अपने ही है बापू जी। तेरे तूही आले कदों लिया? ये तो खासे नोट लागे होंगे, जन्ना खाना बंदा थोड़ी खरीद सकता। ओ ताया जी, ना नोटा ने रहना ना बंदे ने रहना, जो हाथ जा पैंदा होवे बंदे नु रीजा पका लेनी चाहिए ने। गल तेरी सही है। आजो भी आजो। तुम ही भेजा। ओए ना ओए लखे, एदा विचल जू कुछ। ओ तू इथो डक्का जा जाके फटाफट आले जाले गेड़ा दे दे, एवें न्याणे तोड़ दूंगे। कोई ना, चढ़ दियो। ओ ताया जी खेडण दो न्याणे नु। ओ मशीना बंदे वास्ते बणी आ, बंदा थोड़ा मशीन वास्ते बणया है कि नहीं? ए भी गल सही आऊं ता। मैं तो कहना तुसी भी झाटी लैके आओ, तरमना रूह खिड़ जांदी बई। ओ ना ओ बाबा, ना मल्ला इस उम्र च गोडा किटा टुट गया, जुड़ना नहीं। मैं तो जमी नहीं बहता फिर। कुड़े पक्को तू सानू पहला क्यों नहीं दस्या? असीं तू ही आके वधाइयां दे आंदे। मैनू तो आप अज पता लग्या बेबे। पक्को तीए वधाइयां, हुण तो तेरी भी सम्मी जिन्नी टौर होगी। ਕਿਹੜਾ ਬੰਬੂ ਕਾਟ ਵੱਡਾ? ਆ ਵਾਲਾ ਏ ਪਹਿਲਾਂ ਵਾਲਾ? ਲੈ ਇਹ ਤਾਂ ਗਦੀ ਜੀ ਲੱਗਦਾ ਪਹਿਲਾਂ ਨੇ ਮੂਰੇ। देख लिया कि रॉकेट नहीं चक लिया,
फंटास्टिक जहा बंबू काट है। क्यों तू आलिया कितों मंग के लेके आए? अपना ही है भाई जी। नाले भाई जी वो मैं संडे वाली रस्म पूरी करती सी, रुमाल नहीं चक्या तुसे? ये रुमाल रमूल चकना खेतीबाड़ी वाले का काम होता। मैं चढ़े महीने राष्ट्रपति के खाते चो 700 रुपये तनखा चकदा, रुमाल नहीं। खैर चलो भाई, चलो चलो बेटा अंदर, चलो चलो बेटा, चलो भाई नाले चाह बना लो। मेरा तो रुमाल भी यार बूटी वाला ही। देखो बंबू काट अजकल आम जी गल हो गई, जना खड़ी चक्की फिरता है, पर अफसरी वाली गल अफसरी वाली है, है कि नहीं जी? लो जी चलो। थैंक यू। नहीं काका जी, थोड़ी भी चीनी वाली चाह है। एक मिनट समी। हाँ जी। आ चीनी वाली चाह पी पी के तो आप आके पे ऐ करो, मेरे बैग चो ना कॉफी वाली डब्बी कट के एन बुलशिट जी कॉफी बनाओ कैंट जी, फिर आओ स्वाद। कॉफी कॉफी आती है। ओ लिया भी लिया काका। हेलो जी। चल भी चलन से होल भी टकन अंग्रेजी दा। ताजू अंग्रेजी कदे पीती तो है नहीं, मैं सुनया सिर फट दे तड़के। ओया अंग्रेजी दारू जां तां अंग्रेजां दे हज हुंदी आ जां फिर रेशम सिंह वर्गे बुलशिट अफसरां दे। की जीजा जी बुलशिट? ओए बुलशिट नहीं, बुलशिट मतलब कैंट पूरा टका के। तुहानूं तां पता ही है ताई हुणां दे घरे अंग्रेज आम ही आउंदे जांदे सी। एक करी मेरी ताई ने मैनूं गोदी चक्या होया, एक उधरों गोरी मेम आई, ਉਹ ਮੇਰੇ ਦੋਨੇ ਗੱਲਾਂ ਤੋਂ ਫੜ ਕੇ ਕਹਿੰਦੀ ਬੁਲਸ਼ਿਟ ਮਤਲਬ ਘੈਂਟ। ਬਸ ਉਸ ਦਿਨ ਤੋਂ ਲੈ ਕੇ ਚਾਰੇ ਪਾਸੇ ਬਸ ਬੁਲਸ਼ਿਟ ਹੋਈ ਪਈ ਆ। ਜੇ ਮੇਮ ਨੇ ਕਿਹਾ ਭਾਈ ਬੁਲਸ਼ਿਟ ਹੋਊ ਫਿਰ ਅੰਗਰੇਜ਼ ਝੂਠ ਥੋੜੇ ਬੋਲਦੇ ਆ। ਅੰਗਰੇਜ਼ ਇਹਨਾਂ ਗੱਲਾਂ ਤੋਂ ਪੂਰੇ ਇਮਾਨਦਾਰ ਹੁੰਦੇ ਆ, ਗੱਲ ਉਹੀ ਕਰਗੇ ਜਿਹੜੀ ਪੂਰੀ ਠੋਸ ਹੁੰਦੀ ਆ ਠੋਸ। ਆਓ ਜੀ ਮੈਨੂੰ ਇਹ ਦੱਸ ਤੂੰ ਕੀ ਦੱਸ ਵਾਲਾ? ਸੁਣੋ ਦੱਸ 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 ਪਿਛਲੇ ਤੂੰ ਮੈਨੂੰ ਐਂ ਦੱਸ ਤੇ ਹੋਰ ਕੀ ਦੱਸ ਵਾਲਾ? ਉਹ ਚੱਲ ਇਹਨੂੰ ਕਿਸੇ ਚੱਜ ਦੇ ਸਕੂਲ 'ਚ ਪੜ੍ਹਾਓ, ਇਹਨੂੰ ਘੱਟੋ ਘੱਟ ਪਤਾ ਤਾਂ ਲੱਗੇ ਵੀ ਅਫਸਰਾਂ ਦੀ ਇੱਜ਼ਤ ਕਿਵੇਂ ਕਰੀਦੀ ਹੈ, ਇਹ ਅਫਸਰ ਨੂੰ ਅਫਸਰ ਨਹੀਂ ਸਮਝਦਾ। ਓਏ 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 ਜਾਂਦਰੇ ਆ ਕੇ ਦਾਲ ਖਾ ਚੱਲ। ਉਹ ਨਾਲੇ ਐਂ ਤਾਂ ਦੱਸੋ ਵੀ ਨਿਆਣਿਆਂ ਦਾ ਸਿਆਣਿਆਂ 'ਚ ਕੰਮ ਕੀ ਹੈ? ਉਹੀ ਐਕਸੀਡੈਂਟ ਗੱਲਾਂ, ਐਡਾ ਕੇ ਜਵਾਕ ਆਖੇ ਮੀਟ ਲੈ ਕਮਾਲ ਦੀ ਗੱਲ ਹੈ, ਮੀਟ ਨੂੰ ਹੱਥ ਪਾਉਂਦਾ ਨਿਆਣਾ, ਐਡਾ ਕੇ ਨਿਆਣਾ ਮੀਟ ਨੂੰ ਹੱਥ। ਉਹ ਚੱਲ ਕੋਈ ਨਾ, ਜਵਾਕ ਕਰਦੇ ਹੀ ਹੁੰਦੇ ਨੇ, ਕਰਦੇ ਹੁੰਦੇ ਨੇ, ਸਿਖਾਓ। ਓਏ ਓਏ ਹਾਂਜੀ ਉਹ ਹੁਣ ਆ ਫੁੱਪੜ ਕੱਚੇ ਚੱਕ ਲੈਂਦਾ ਹਾਂ, ਰਜਾ ਕੇ ਲੈ ਇਹਨੂੰ ਚੱਲ। ਹਾਂਜੀ ਰਜਾ ਕੇ ਲੈ ਇਹਨੂੰ। ਹਾਂਜੀ ਹਾਂਜੀ ਸਿਖਾਇਆ ਕਰੋ ਕੁਝ, ਘੱਟੋ ਘੱਟ ਇਹ ਤਾਂ ਦੇਖਣਾ ਚਾਹੀਦਾ ਵੀ ਖਵਾ ਕੀ ਨੂੰ ਰਹੇ ਹੋ ਅਫਸਰਾਂ ਨੂੰ, ਵੱਡਾ ਬਾਬਰਚੀ ਤਨਖਾਹ ਘੱਟੋ ਜੀ। ਬਈ ਮੈਂ ਹੋ ਗਿਆ ਗੰਡੇ 'ਚ, ਇੱਕ ਸਵਾਲ ਲਿਆ ਪੁੱਛਣ ਜੀ ਕਰਦਾ। ਆਉਣ ਦਿਓ ਬਈ, ਆਹ ਜਿਹੜਾ ਬੰਬੂ ਘਾਟ ਹੈ ਇਹ ਰੇਸ਼ਮ ਸੋਹ ਵਾਲਾ ਤਕੜਾ ਹੈ ਕਿ ਚੰਨਣ ਸੋਹ? ਲੈ ਤਾਂ ਆਇਆ ਜੀ, ਇਹ 'ਚ ਪੁੱਛਣ ਦੀ ਕੀ ਲੋੜ ਹੈ? ਮੇਰੇ ਵਾਲਾ ਬੰਬੂ ਘਾਟ ਅੰਤਰਰਾਸ਼ਟਰੀ ਪੱਧਰ ਦਾ ਹੈ, 3-4 ਵਿਦੇਸ਼ੀ ਤਾਕਤਾਂ ਦਾ ਹੱਥ ਫਿਰਿਆ ਹੋਇਆ, 1 ਲੀਟਰ ਦੇ ਵਿੱਚ 40 ਕਿਲੋਮੀਟਰ ਕੱਢਦਾ ਪੂਰੇ। ਹੈ ਸੱਚੀ ਜੀਜਾ ਜੀ? ਨਾ ਹੋਰ ਤੇਰਾ ਜੀਜਾ ਝੂਠ ਬੋਲਦਾ, ਘੰਟੇ 'ਚ 100 ਕਿਲੋਮੀਟਰ ਧੂੜ ਧੂੜ ਨੇਰੀ ਹਾਂ ਜਾਣਦੀ, 3 ਘੰਟੇ 'ਚ ਗੰਗਾ ਨਗਰ। ਹੋਰ ਕੀ ਪੱਲੇ ਉੱਧਰ ਲੈ ਪੂਰੀ ਜਾਨ ਹੈ ਬੈਠ ਕੇ 'ਚ। ਬਈ ਰੇਸ਼ਮ ਦੀਆਂ ਜੇ ਤੇਰੇ ਵਾਲਾ ਬੈਠ ਗਿਆ ਤਾਂ ਦੇਖਣ ਨੂੰ ਤਾਂ ਇਹਦੇ ਵਾਲਾ ਵੀ ਪੂਰਾ ਸਾਹ ਲੱਗਦਾ। ਮੈਂ ਕਹਿੰਦਾ ਮੁਕਾਬਲਾ ਕਰਾ ਕੇ ਦੇਖੋ। ਲੈ ਜਦੋਂ ਮਰਜ਼ੀ ਕਰ ਲਓ, ਕਰਨੀ ਤੇ ਦੇਖਣੀ 'ਚ ਬੜਾ ਫਰਕ ਹੁੰਦਾ ਤਾਇਆ ਜੀ। ਮੇਰੇ ਵਾਲੇ ਬੰਬੂ ਕਾਰ ਦਾ ਇੰਜਣ ਪੂਰਾ ਖੁੱਲਿਆ ਹੈ ਪੂਰਾ। ਕਿਹੜੇ ਮਿਸਤਰੀ ਨੇ ਖੋਲਿਆ ਸੀ? ਉਹ ਮਿਸਤਰੀ ਨੇ ਨਹੀਂ, ਪਾਜ ਦੇ ਵਿੱਚ ਪੂਰੀ ਜਗ੍ਹਾ ਖੁੱਲੀ ਹੋਈ ਹੈ। ਅੱਛਾ ਤਾਂ ਫਿਰ ਕਰਾ ਲਓ ਪਾਜ। ਕਰਾ ਲਓ ਜਦੋਂ ਮਰਜ਼ੀ। ਤੂੰ ਹੀ ਵਾਲਿਆ ਤੂੰ ਨਹੀਂ ਬੋਲਿਆ ਕੁਛ ਬਈ? ਹੁਣ ਤਾਂ ਤੜਕੇ ਸਾਹਣੇ ਬੋਲੂ। ਹਲਵਾਈ ਵੀ ਸਾਧੂ ਨਾ।
देखी फिर बैठ के जान ये तो बैठन थो है नहीं पजारू क्यों ना खिंच के ले जाए सारा वाला नहीं देखता कितने हाँ भी पक्को कितने तेरा प्रौना रात दारू पी के बड़ा औखा जहां सी देखी कितने तड़के तड़के थू तो नहीं निकल गया है खुराक वधी को बापू जी ए कड़दा जी एक घंटे च 130 किलोमीटर जाने दी ढाई घंटे च गंगा नगर ए तुसी आपे हिसाब ला लो बापू ये नहीं आपां पता मेरा ढाई होई होया होर की आ ढाई होए अफसर वाले नाल जाने दी दूना चोर हो गया इहदे च हां ओ की मुल भी इहदा ओए खड़ जाओ यार मुल भी दस देने आ मुल इहदा जी पुलिस पुलिस की गल होगी ठंडदार साहब दस दे की मुल है काका इहदा साढ़े 300 दा लै भाई जी ठंडदार साहब तुसीं थप्पड़ क्यों मारता ये मोटरसाइकिल मारा दयाल सिंह दा जिहड़ा नाभे चोरी होया झूठ महीना हो गया पिंडा पिंडी फिरदे ने सानू ओ मुंडियो असीं तैनू जीप च ठंडदार साहब छोटी मोटी गल नहीं सच जाने मैं नहीं चोरी की मल्ला तेनू थोड़ का दी सी बापू जी सबर दी थोड़ सी इहनू मेरे वाला बंबू कार्ड रड़कता सी इहदियां अखां च सिर ते उच्ची पग ते अफसरशाही दे नाल सोभदे आ बंबू कार्ड सिर ते पठियां दी पंड ते खेतीबाड़ी वाले नूं खोता रेड़ी सोभदे आ
चल भी अगे आ जा, वो दे इनू दो कंबल। चल भी अगला, इनू भी फड़ा दो कंबल। आ इनू फड़ा दो कंबल, तक चादर। गल सुनो, नवा लगता है। जय हिंद, बैठ बैठ। जनरल सिंह जी जनाब, आ मुंडा केड़े केस चंदर आया? जनाब मोटरसाइकिल चोरी दे केस च 379 लगी आ, 6 महीने दी कैद ते आया। नहीं तो देख ला चौहां खुंजियां ते गार्द खड़ी है, एडी गोली हुंदी आ 303 दी। जनाब शरीफ आ ताईयों ते इत्थे आ, लुच्चे लफंगे किथे फड़े जांदे आ, इह ते कोई खेतीबाड़ी वाला लगदा मैनू। अच्छा बुला ता जरा इहनू अंदर। गुरजन सिंह आ चरण सिंह नूं आवाज़ मारी। चन्नण सिंह साहब बुलांदे अंदर। दे दो कंबल इहनू भी। आ जा बई। चन्नण सिंह आने जेलर साहब। सत श्री अकाल जी। सत श्री अकाल। वैसे गल दस जवाना, तेनू कोई नाईगिरी, कोई राजमिस्त्री, कोई खड्डी बुनना या कोई कारीगरी आउंदी है? नहीं जनाब। साडी जेल च इक पुराना कारखाना आ जिथे बहुत मशीनरी आ, तू बंबू कार चलाउंदा रहा आ, कोई मकैनिकी ते पकड़ है ते चक्की पीण तो बचेगा? नहीं जनाब। चल ठीक है फिर। सत श्री अकाल जी। सत श्री अकाल। देखो सरदार साहब, साढ़े मुंडे ने जिहड़ी करतूत कीती है उहदे लई असीं बहुत शर्मिंदा। सच जाणियो सानू भी इस बारे कुछ नहीं पता सी। वो तां ठीक आ काका, पर जिहड़ा साडी पग नूं दाग लग गया उहदा की करिए? भाई जी मैं तां खंगूरा मरन जोगा वी नहीं रहा। सत श्री अकाल बापू। सत श्री अकाल। जिउंदी रहती है। पोतो तैयार हो जा, नाले कपड़ा जिहड़ा बन लै, आपां 4 बजे वाली लारी ते जाणा है। कुड़ी थोड़े नाल तोरनी है कि नहीं तोरनी, ये असी सलाह करके दसांगे। भैया जी मैं नाल जा। ओ तू क्यों डुसकन लगी होना हैं? ओ बेबे जी, ओ ताई जी, ओ बुआ जी, किधर रह गए तुसी सारे जने? आ डुसकन लगी, उत्ते लग जाओ इनू। की होया पुत्त? ओ तुसी उत्ते ले जाओ इनू। चल आ जा। देख रेशम सिंह, ये साढ़े घर का मामला, तू बिच ना ही बोलता चंगा। रेशम सिंह ठीक कहता काका, ये साडा सब का सांझा फैसला है, हुण असीं सोच के ही दसांगे भी करना की है। अच्छा सरदार साहब सानू तो फिर इजाजत दो। सरदार साहब अन्न पानी तो छक के जाते। रहन दो ताया जी, लेट हो जाएंगे, लारी नंग जो इन्हों की। तेन ज्यादा खाली पी है, उन्होंने जान दी। मैं ही जाऊंगी ना। ये फैसला तेरा ताया ते तेरे बापू आपे खा लेंगे, तू की लैंदी है? बेबे तुसी मैनू गुरु दे जो दे लाए लाया सी, रब दो डरो। चुप कर, चल अंदर, तू चल अंदर। तेनू तेरे बापू दा जो डर नहीं। बेबे ਪਰਮਿੰਦਰ ਵੀ ਉਹਨਾਂ ਵਾਂਗੂ ਸੋਚਦੇ ਬਾਪੂ ਜੀ। ਇਹੋ ਜਿਹੀ ਗੱਲ ਨਹੀਂ ਪੁੱਤਰਾ, ਉਸ ਵਿਚਾਰੀ ਦਾ ਬਸ ਚੱਲਦਾ ਤਾਂ ਅੱਜ ਸਾਡੇ ਨਾਲ ਹੀ ਆ ਜਾਂਦੀ, ਉਹਦੀ ਤਾਂ ਕਿਸੇ ਨੇ ਪੇਸ਼ੀ ਨਹੀਂ ਜਾਣ ਦਿੱਤੀ। ਬੇਬੇ ਮੇਰਾ ਪਰਮਿੰਦਰ ਨੂੰ ਮਿਲਣ ਨੂੰ ਬੜਾ ਦਿਲ ਕਰਦਾ, ਪਤਾ ਨਹੀਂ ਕਿਹੜੇ ਹਾਲ 'ਚ ਹੋਣੀ ਬੇਬੇ ਉਹ। ਤੂੰ ਫਿਕਰ ਨਾ ਕਰ ਪੁੱਤ, ਤੇਰੀ ਸਜ਼ਾ ਪੂਰੀ ਹੋ ਜਾਏ ਨਾ, ਆਪਾਂ ਇੱਥੋਂ ਸਿੱਧੇ ਚਰਗ ਜਾਵਾਂਗੇ। ਉਹ ਬਾਪੂ ਜੀ ਮੇਰੀ ਮਜਬੂਰੀ ਆ, ਤੁਹਾਨੂੰ ਜਾਣਾ ਪੈਣਾ, ਸਮਾਂ ਪਹਿਲਾਂ ਹੀ ਬਹੁਤ ਹੋ ਗਿਆ। ਹਾਂ ਚਿਹਰਾ ਜਾਂਦੇ ਬਸ। ਤੂੰ ਹੌਸਲਾ ਨਾ ਹਾਰੀ ਚੰਨਣਾ, ਆਪਾਂ 15 ਦਿਨੀ ਫਿਰ ਗੇੜਾ ਮਾਰਾਂਗੇ। ਆਪਣਾ ਖਿਆਲ ਰੱਖੀ ਪੁੱਤ। ਬੇਬੇ ਆਪਾਂ ਕੋਈ ਸੁਨੇਹਾ ਨਹੀਂ ਭੇਜ ਸਕਦੇ ਉਹਨੂੰ? ਸੁਨੇਹਾ ਤਾਂ ਪਤਾ ਨਹੀਂ ਪਹੁੰਚੇ ਕਿ ਨਾ ਪਹੁੰਚੇ ਪੁੱਤ, ਪਰ ਦਿਲਾਂ ਤੱਕ ਦਿਲਾਂ ਦੀ ਹੂਕ ਜ਼ਰੂਰ ਪਹੁੰਚਦੀ ਆ ਪੁੱਤ।
चल जाए कुरे चल। बस रोएंगे मुंडे नो ना, चल चुप कर आजा, चल रब भली करूं। लंगे पानी वांगू दूर हो गया सजना वे, लंगे पानी वांगू दूर हो गया सजना वे, सुक ना जावा किधरे हिजर तेरे विच रुख हो के, तू खिली बहार जहा खोए करार जहा, दे जा से काठरी हुई जिंदनू पोदी दुप हो के, लंगे पानी वांगू दूर हो गया सजना वे, लंगे पानी वांगू। वे मैं नाल हवावा रोज दुआवा कल दी रही, बदले विच साड़े हवा ना मेरे वल दी रही, वे मैं नाल हवावा रोज दुआवा कल दी रही, बदले विच साड़े हवा ना मेरे वल दी रही, या ता फतवा जारी कर दे साड़ी मौत वाला, जा फिर लग जा रूनू ला इलाज कोई दुख हो के, लंगे पानी वांगू दूर हो गया सजना वे, सुक ना जावा किधरे हिजर तेरे विच रुख हो के। खाना जावे किते विछोड़ा डर दिया, कोई आन मिलावे नित मैं रो रो मर दिया, मैनू खाना जावे किते विछोड़ा डर दिया, कोई आन मिलावे नित मैं रो रो मर दिया, कड़ियां इंतजार दिया गिन दीना किते मुक जावा, ये तो पहला मिल जा जन्नत वाला सुख हो के, तू खिली बहार जहा खोए करार जहा, दे जा से काठरी हुई जिंदनू पोदी धुप हो के, लंगे पानी वांगू दूर हो गए ओ सजना वे, मुक ना जावा किधरे हिजर तेरे विच रुख हो के, लंगे पानी वांगू। देखो भाई जोड़ा चोरी कर गया वो मरे नाल तो वध हो गया, हाले भी डुले बेरां दा कुछ नहीं बिगड़िया, कुड़ी दे केड़े कोई न्याणे है, सज्जन सिंह मेरे चाचे दा मुंडा है, 40 किले जमीन आउंदी है उहनू, नाले सरदार कहाउंदा आपदे आप नू, पिछले ब्याह दीआं 2 कुड़ियां ही कुड़ियां, मुंडा कोई होया नहीं, ना की नुकसा भला उहदे च। देखो भैण जी साथों नहीं होना, रब नू वी तां मूंह दिखाउणा है ना, जिहड़ा असीं लोकां नू मूंह दिखाउणा उहदा की। ना भैण जी ना, मेरी धी दी जिंदगी तबाह हो जू। नाले भैण जी सज्जन सिंह साडी पक्कड़ नालो बाली सियाणी उमर दा नहीं, कमले नाल व्याह के तुसी लल्लर ला ले, हुण सियाणे नाल व्याह के देख लो। ना भैण जी औखा सा तो होना नहीं। तां फेर भाई तुसी अपना पड़िया विचार लो, या तां दोहां कुड़ियां नूं साडे नाल भेज दिओ, नहीं फिर आपदी सिमी नूं वी रख लो। ना ना मेरे बच्चे ना।
बीजी मैं तो चुप कर। तू मेरे नाल बात सेना है। बीजी बीजी लाई है। वे दुखियां बदियां दा हाय वे कोई वखरा शहर होवे वे दुखियां बदियां दा कोई वखरा शहर होवे वड्डे महीने की 13 तरीक नू रेशम भाइया जी दे मामे नाल मेरा व्याह तय कर दिता गया है। जहर दी शीशी मेरे कोल होवेगी। मैं लावा तक उड़ीक करूंगी। हो तो बाद मैं जहर पी के मर जाना। पक्को जिंदी भी चन्नण दी सी ते मर के भी चन्नण दी। तू लड़ी जरूर जिंदगी ले। नहीं तो फिर मौत तो है ही। सजन बिना आवे ना चैन कल्याण जी। वो फाइल ना मुंशी कोल पहुंचा दी। सत श्री अकाल जनाब। ओ चन्नन सिंह की हाल है? आ जा जनाब। एक कर्ज है जी। बोल जनाब। मेरी सजा अगले महीने की 14 तरीक नु खत्म हो रही है। जे तुसी मेनू 14 दे बजाय 13 नु जान दी इजाजत दे दियो जनाब। 13 नु? तू कड़ा काका नानके जाना भी तेनू एक दिन पहला भेज दी है। जनाब मजबूरी बहुत वड्डी है जी। जे मैं तेरा नू नाना पहुंचा ते मेरे सौहरे ने मेरी घर वाले दा व्याह किते होर कर देना। जनाब व्याह कर देना? ओ कानून पुलिस दा कोई खौफ ही नहीं? जदों अपने बगाने हो जाण फिर कादा कानून जनाब। बस जुत्तियां तड़ाउण वाला काम ही है जी। जे मैं तेरा नू ना पहुँच सकया ते उहदा व्याह किते होर हो गया फिर ते भावें सारी उम्र मैनू इत्थे बिठाई रखियो जी कोई फायदा नहीं होना। काका मैनू तेरे नाल दिलों हमदर्दी है पर मेरी मजबूरी है। मेरी नौकरी भी जा सकती है। 14 तरीक नूं 10 बजे तो पहला मैं तेनू भेज नहीं सकता ते 10 बजे तो बाद मैं तेनू रख नहीं सकता। जे कोई होर काम होवे तां दसी। चंगा आ गेट खोलो भाई जल्दी करो। लिखो जनाब। नाम चन्नण सिंह पिंड थूही तहसील नाभा मकैनिकी का काम जानता जनाब। अच्छा तो फिर चन्नण सिंह थक गया चक्की पी पी के? हैं थक्या नहीं जनाब। हुण दोनों काम कट्ठे होणगे तुहाडी चक्की भी चलूगी तो मकैनिकी भी होगी। ऐ किदां दोवें काम कट्ठे होणगे बई? मैं करके विखा सकदा जनाब तुहानू समझा नहीं सकदा। ये गल आ लै फिर दित्ती मंजूरी विखा फिर करके। बहुत बहुत धन्यवाद जी। छट गई कद सोचे नहीं सी कि चक्की भी इंजन से चल सकती है। वाह चन्नण सिंह वाह तू तो कमाल करती। क्या बात है। वेरी गुड मशीनरी नाल वाह वाह इश्क लगता तेरा। बस जी इस इश्क दा मारा दा जेल च बैठा जी। वैसे कदे कदे मथा मार लीदा जी मशीना नाल। जवाना जेल दे मुख द्वार कोल पुराना कारखाना है जेड़ा काफ़ी समय तो बंद पिया। उहदे च अंग्रेजा दे समय दी मशीनरी पई है। वैसे तो कबाड़ तो वध कुछ भी नहीं। तू उत्थे जाया कर जे कोई चीज़ वरतों च आ सके। शाबाश जवाना। ले भी आ तेरा कारखाना हो जाए शुरू। गल
ਕਰਦਾ 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 ਮੈਂ ਕੰਮ ਕਰਦਾ 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 ਕੰਮ ਓ ਤੂੰ ਇੱਥੇ ਤੂੰ ਪੰਪ ਤਾਂ ਨਹੀਂ ਲੱਗਾ ਬਾਈ ਜੀ ਬਾਈ ਜੀ ਮੈਂ ਇੱਕ ਦਿਨ ਬੀੜੀ ਪੀ ਕੇ ਪੰਪ ਵੱਲ ਸੁੱਟਤੀ ਮੈਂ ਘਰ ਆ ਕੇ ਸੌਂ ਗਿਆ ਦੋ ਹਾੜੇ ਲਾ ਕੇ ਤੇ ਤੜਕੇ ਪੁਲਿਸ ਵਾਲੇ ਆਏ ਮੰਜੇ ਸਣੇ ਮੈਨੂੰ ਥਾਣੇ ਚੱਕ ਕੇ ਲੈ ਗਏ ਮੈਂ ਪੁੱਛਿਆ ਮੇਰਾ ਕਸੂਰ ਕੀ ਆ ਮੋਰਿਓ ਭਾਜੀ ਪੰਜ ਸੱਤ ਪਈ ਜਾਣ ਹਾਰ ਕੇ ਭਾਜੀ ਮੈਂ ਹੱਥ ਜੋੜ ਕੇ ਕਿਹਾ ਜੁਰਮ ਹੀ ਕਬੂਲ ਕਰ ਲੈਨੇ ਉਹ ਤੂੰ ਕੀਤਾ ਕੀ ਸੀ ਜੁਰਮ ਕੀ ਸੀ ਤੇਰਾ ਭਾਜੀ ਮੈਨੂੰ ਕਹਿੰਦੇ ਪਿੱਛੇ ਪੰਪ ਨੂੰ ਆਗੂ ਲੱਗ ਗਈ ਮੈਂ ਤਾਂ ਭਾਜੀ ਇੱਧਰ ਆ ਗਿਆ ਸੀ ਕੋਈ ਕੋਈ ਸੁਣ ਚਾਹੀ ਏਦਾਂ ਦੀ ਗੱਲ ਕੋਈ ਉੱਥੇ ਤਾਂ ਤੇਲ ਪਾਉਣਾ ਵੀ ਨਹੀਂ ਆਉਂਦਾ ਹੋਏ ਬਾਈ ਜੀ ਤੇਲ ਪਾਉਣਾ ਤਾਂ ਤੁਸੀਂ ਦੱਸ ਗਿਆ ਸੀ ਮੈਂ ਬੰਦ ਕਰਨਾ ਭੁੱਲ ਜਾਂਦਾ ਸੀ ਬੇਟੇ ਮੁੱਤਰੇ ਓਏ ਇੱਥੇ ਕਾਰਖਾਨੇ ਤੇ ਕੋਈ ਨਾ ਕੋਈ ਮਿਸਤਰੀ ਜਿਹਨੂੰ ਮਾੜਾ ਮੋਟਾ ਕੋਈ ਕੰਮ ਆਉਂਦਾ ਕੋਈ ਮਕੈਨਿਕ ਆਉਂਦਾ ਤੂੰ ਇੱਥੇ ਕਰਦਾ ਪੈਣਾ ਓਏ ਬਾਈ ਜੀ ਆ ਜੇਲ੍ਹ ਦੇ ਖੂਹ ਦੀ ਕਿਤੇ ਪੁਲੀ ਖਰਾਬ ਸੀ ਮੈਂ ਭੋਰਾ ਕੇ ਤੇਲ ਦਿੱਤਾ ਉਹ ਕਿਤੇ ਗੜਨ ਲੱਗ ਪਈ ਇਹਨੂੰ ਲੱਗਾ ਉਹ ਗਾਮੇ ਤੋਂ ਵੱਡਾ ਮਿਸਤਰੀ ਕੋਈ ਨਹੀਂ ਝੂਠ ਬੋਲਦਾ ਹੈ ਦੱਸਾਂ ਜਾ ਕੇ ਜੇਲਰ ਨੂੰ ਨਾ ਬਾਈ ਹੁਣ ਤਾਂ ਦੁੱਧ ਅੰਡੇ ਮਿਲਦੇ ਆ ਫਿਰ ਇਹਨਾਂ ਨੇ ਮੈਨੂੰ ਮੁਰਗਾ ਬਣਾਉਣਾ ਦੋ ਗੱਲਾਂ ਆਪਣੇ ਖਾਨੇ 'ਚ ਪੱਗ ਰੱਖੀ ਇੱਕ ਤੇ ਮੇਰੇ ਬਹੁਤਾ ਨੇੜੇ ਨਹੀਂ ਆਉਣਾ ਤੇ ਦੂਜਾ ਮੈਂ ਇੱਥੋਂ ਬਹੁਤੇ ਸਵਾਲ ਨਹੀਂ ਪੁੱਛਣੇ ਅਸੀਂ ਪੁੱਛ ਕੇ ਲੈਣਾ ਵੀ ਕੀ ਆ ਭਰਾਵਾ ਦੇਖ ਹੀ ਰਿਹਾ ਸੀ ਸਵਾਲ ਤਾਂ ਨਹੀਂ ਕੋਈ ਪੁੱਛਿਆ ਫਿਰ ਵੀ ਪੁਰਾਣੀ ਭਾਈ ਬੰਦੀ ਆ ਭਾਈ ਬੰਦੀ ਮੈਨੂੰ ਬੜਾ ਤੇਲ ਮੁਫਤ ਪਾਉਂਦਾ ਰਿਹਾ ਭਾਈ ਬੰਦੀ ਭਾਈ ਬੰਦੀ ਜਾ ਪਾ ਤੂੰ ਹਾਲੇ ਕਿਸੇ ਜਨਾਨੀ ਨੀ ਆਉਣਾ ਤੀਜੇ ਪੈਰ ਚੁੰਨੀ ਚੜਾਵਾਂਗੇ ਆਪਾਂ ਕੱਪੜੇ ਰਹਿਣੇ ਮੇਰੇ ਮਾਸੀ ਉੱਤੇ ਰੂਹਾਂ ਨਿਕਲਣਾ ਦੇਹੀ ਵਿੱਚੋਂ ਨੰਗੀਆਂ ਨੇ ਆਸਾਂ ਕੀ ਆ ਯਾਰ ਉਹ ਪੂਰਾ ਇੱਕ ਮਹੀਨਾ ਹੋ ਗਿਆ ਯਾਰ ਤੈਨੂੰ ਲੱਗੇ ਨੂੰ ਜੇ ਅੱਜ ਮੈਂ ਨਾ ਤੂੰ ਖੋਜ ਕਰਕੇ ਦਿਖਾਈ ਨਾ ਮੈਂ ਬਾਈ ਤੇਰੇ ਨਾਲ ਰੁੱਸ ਜਾਣਾ ਆ ਜਾ ਫਿਰ ਅੱਜ ਉਹ ਅੱਛਾ ਜੀ ਉਹ ਤੇਰੀ ਆਪਣੇ ਕੰਮ ਕਰ ਛੱਡ ਕੇ ਮੇਰੀ ਗੱਲ ਸੁਣੋ ਆ ਜਾਓ ਫਟਾਫਟ ਆ ਜਾਓ ਮੇਰੇ ਕੈਦੀ ਭਰਾਵੋ ਤੇ ਜੇਲ੍ਹ ਅਧਿਕਾਰੀਓ ਅੱਜ ਮੈਂ ਪੇਸ਼ ਕਰਨ ਲੱਗਾ ਇਸ ਸਦੀ ਦੀ ਸਭ ਤੋਂ ਮਹਾਨ ਕਾਢ ਜਿਸ ਦੇ ਤੁਸੀਂ ਦਰਸ਼ਨ ਕਰਕੇ ਆਪਣੇ ਵੀਰ ਗਾਮੇ ਭੂਰੀ ਵਾਲੇ ਨੂੰ
हाथों से चक लोगे हाथों से मारो तक ਸ਼ਰਧਾ ਮੁਤਾਬਕ ਜੋ ਤੁਸੀਂ ਇਨਾਮ ਦੇਣਾ ਚਾਹੁੰਦੇ ਹੋ ਆਪਣੇ ਵੀਰ ਕਾਮੇ ਭੂਰੀ ਵਾਲੇ ਨੂੰ ਦੇ ਦਿਓ जी। मैं अपने परिवार से थोड़े वालों आए हुए सारे मोहतबर सज्जणा की हाजरी च आपकी धी परमिंदर कौर का पल्ला जगपालपुरीए सरदार सज्जन सिंह के हाथ फड़ाउणा। दीवान जी अपनी पुलिस फोर्स नु कोई नवे मोटरसाइकिल अलॉट होए आ? सरकार इंज लगदा जिवें किसी ने देसी जुगाड़ ला के बनाया होवे। फिर तो देखना पऊ। चल भी जवान।
ਸਜਣ ਬਿਨਾਂ परमिंदर कौरे आना जरूर सी मैं और रब तो डरिया करो हंकारियो इतने हूं चुन्नी तो नहीं पै सकती कफन जरूर पै जाना सी तेनू की ना पुलिस भर्ती कर लिया डाकू नू मैनू थानेदार लाता उन्होंने कहते जड़े बेईमान बंदे सारे फड़के अंदर देने थानेदारा नाल साडी नित दी उठनी बैठनी है तू किहड़ा थानेदार है पैरां च टुटियां चपलियां पाई फिरदा चुप कर ਮੈਨੂੰ ਉਹਨਾਂ ਨੇ ਪਾ ਕੇ ਭੇਜੀਆਂ ਨੇ ਕਹਿੰਦੇ ਜਿਹੜਾ ਬਹੁਤੀ ਤਿੰਨ ਪੰਜ ਗੁਰੂ ਇਸੇ ਨਾਲ ਫੈਂਟਣਾ ਓਏ ਬਹੁਤੀਆਂ ਗੱਲਾਂ ਨਾ ਕਰੋ ਸ਼ਲਾਰੂਆ ਦੁੱਕੀ ਤਿੱਕੀ ਬੰਦਾ ਮਾਰਨ ਦਾ ਤਾਂ ਮੇਰੇ ਤੇ ਕੇਸ ਵੀ ਨਹੀਂ ਚੱਲਦਾ ਮਾਰ ਗੋਲੀ ਅਰੇ ਮੇਰੇ ਮਰਨ ਤੇ ਮੇਰੇ ਸਹੁਰਿਆਂ ਨੂੰ ਪਤਾ ਲੱਗੂ ਵੀ ਚੰਨਣ ਸਿੰਘ ਕੱਚਾ ਭਾਂਡਾ ਸੀਗੇ ਪੱਕਾ ਨਹੀਂ ਬਾਬੂ ਜੀ ਇਹਨੂੰ ਕਹੋ ਮੇਰੇ ਗੋਲੀ ਮਾਰੇ ਨਾਲੇ ਮੇਰੇ ਮਰਨ ਪਿੱਛੋਂ ਤੁਹਾਡਾ ਸ਼ਰੀਕਾ ਤੁਹਾਨੂੰ ਤਾਨੇ ਨਹੀਂ ਮਾਰੂ मेरी ता एक गोली थोनू दोहा नू रब कोल पहुंचा दू ओ मामा ओ मामा तेरा दिमाग खराब हो गया मामा अपनी लारी से बैठ तित्र हो जाए इथों जिहड़ियां रब ने दो घरे तियां दित्तियां ने ना जाके उन्हां दा ब्याह कर आ देख ले बेबे जी केड़े बदमाश दा घर बसाउण लगे सी ओ शरीफ बंदे दा उजाड़ के मैं थप्पड़ मारूं तेरे कंध दी जड़ च तेनू पढ़ा लिखा के मोटियां कमाइयां करन लाता हुण तू मान मत्ता दिंदा ना मत्ता देवा ना तुसी गल्लां इहियां ही करदे हो डक्का फैदर होया बहुतियां कमाइयां दा बहुतियां कमाइयां दे नाल आपदे घरे तक की खुशी आउणी सी ओ शरीफ बंदे दी भी नहीं चरी जांदी ओए लगदा इहनां ने आए नहीं मन्ना ओए खड़ा बंदूक खड़ा खड़ोता निकल जा नहीं इत्थे धरती च कट दूं बीबी मैनू नहीं पता चन्नण चोर है या डाकू मैं जानना भी नहीं चाहता बस इन्ना जरूर जान गया कि मेरी पक्को दे सिर दा साईं सिर्फ चन्नण है पक्को मेरी ये धीए मैनू माफ करी मैं गलत फैसले की हामी भर बैठा सी पर हुण मैं होण नहीं देंगा शरीका जो मर्जी कहे अज मैनू सिर्फ अपनी धी दीआं खुशियां चाहीदीआं ने ਤੁਸੀਂ ਮੇਰਾ ਵਿਆਹ ਦੇਖਣ ਆਇਓ ਮੇਰਾ ਜਲੂਸ ਦੇਖਣ ਆਇਓ ਉਹ ਚੱਕ ਲੋ ਕੁੜੀ ਨੂੰ ਸਿੱਟੋ ਲਾਰੀ ਜੋਏ ਆ ਜਾਓ ਓਏ 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 ਆਪਨੇ ਰਿਆਸਤ ਧਰਮਪੁਰ ਦੇ ਮਹਾਰਾਜਾ ਦਿਆਲ ਸਿੰਘ ਜੀ मोटरसाइकिल तेरा नौजवान हां जी जनाब मेरा जी सच्चो सच्ची दसो कोई चीज चोरी थी था नहीं बस अब वर्दी चोरी थी अब सौरे होना सी कई दिन वर्दी पाके चंगा थोड़ी लगता सी अगला चक्का कमानी ते करता ते गियर लीवर हाथ च देता ते इंजन भी डॉज दा लाता बड़ी कमाल दी चीज बनाई है पिछला चक्का जीप दा ते साइलेंसर ट्रैक्टर दा लाता ओ ਇਹਨਾਂ ਫਿਰ ਆਵਾਜ਼ ਸੁਣੀ ਹੋਈ ਨਹੀਂ ਨਾ ਜੀ ਉਹ ਲੱਖਿਆ ਬੜੀ ਹਾਂਜੀ ਮੇਰਾ ਸਾਡੂ ਹੈ ਜੀ ਸਾਡੂ ਵੀ ਕਾਹਦਾ ਬਸ ਛੋਟਾ ਭਰਾ ਹੈ ਜੀ ਮੇਰਾ ਤੇ
ਮਹਾਰਾਜ ਸਾਹਿਬ ਮੈਂ ਸਟੇਸ਼ਨ ਤੇ ਮਾਸਟਰ ਲੱਗਿਆ ਹੋਇਆ ਓ ਮੇਰਾ ਮਤਲਬ ਮੈਂ ਬਤੌਰ ਸਟੇਸ਼ਨ ਮਾਸਟਰ ਸੇਵਾ ਨਿਭਾ ਰਿਹਾ ਜੀ ਬਹੁਤ ਸੋਹਣਾ ਬਣਾਇਆ ਇਹ ਤਾਂ ਬਹੁਤ ਸੋਹਣੀ ਜੀ ਬਹੁਤ ਸੋਹਣੀ ਚੀਜ਼ ਬਣਾਈ ਹੈ ਸਾਨੂੰ ਤੇਰਾ ਕੰਮ ਬਹੁਤ ਪਸੰਦ ਆਇਆ ਨੌਜਵਾਨ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੀ ਰਿਆਸਤ ਵਿੱਚ ਆ ਕੇ ਇਹੋ ਜਿਹੇ 100 ਮੋਟਰਸਾਈਕਲ ਹੋਰ ਬਣਾਵੇਂ ਕੋਈ ਚੱਕਰ ਨਹੀਂ ਜੀ ਬਣਾ ਦਿਆਂਗੇ ਬਣਾਊ ਕਿਉਂ ਨਹੀਂ ਜੀ ਬੱਚਾ ਤੁਹਾਡਾ ਬਣਾਊਗਾ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਤੂੰ ਸਾਡੀਆਂ ਸ਼ਾਹੀ ਮੋਟਰਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਸੰਭਾਲੇ ਤੈਨੂੰ ਇਹ ਮਨਜ਼ੂਰ ਆ ਹਾਂਜੀ ਠੀਕ ਹੈ ਜਨਾਬ ਸ਼ਾਬਾਸ਼ ਦੱਸ ਕਿੰਨੀ ਨੌਕਰੀ ਲਏਗਾ ਸੰਮੀ ਭੈਣ ਰੇਸ਼ਮ ਪਾਇਆ ਜੀ ਦੀ ਤਨਖਾਹ ਕਿੰਨੀ ਆ ਮੈਂ ਆਪਣਾ 700 ਰੁਪਏ ਮਹੀਨਾ ਅਸੀਂ 600 ਲੈ ਲਾਂਗੇ ਜੀ ਸਾਡੀ ਰਿਆਸਤ ਤੈਨੂੰ ਪੂਰੇ 2000 ਮਹੀਨਾ ਦੇਵੇਗੀ ਤੇਰੀ ਨੌਕਰੀ ਅੱਜ ਤੋਂ ਹੀ ਸ਼ੁਰੂ ਹੁੰਦੀ ਆ ਤੁਹਾਡੀ ਗੱਲ ਸਿਰ ਮੱਥੇ ਜਨਾਬ ਪਰ ਮੈਂ ਜੇਲ੍ਹ 'ਚ ਭੱਜਿਆ ਹੋਇਆ ਮੁਜਰਮ ਹਾਂ ਜੀ ਮੈਨੂੰ ਨਾਭੇ 6 ਮਹੀਨਿਆਂ ਦੀ ਸਜ਼ਾ ਹੋਈ ਹੈ ਜੀ ਜੇਲ੍ਹ ਦਾ ਮਹਿਕਮਾ ਕਿਹੜਾ ਸਾਡੇ ਇਖਤਿਆਰ ਤੋਂ ਬਾਹਰ ਆ ਨਾਭੇ ਦੇ ਜੇਲਰ ਨੂੰ ਅੱਜ ਹੀ ਕਹਿ ਦਿੱਤਾ ਜਾਵੇਗਾ ਤੂੰ ਆਪਣੀ ਸਜ਼ਾ ਪੂਰੀ ਕਰ ਸਾਡੀ ਰਿਆਸਤ ਨੂੰ ਤੇਰਾ ਇੰਤਜ਼ਾਰ ਰਹੇਗਾ ਜਨਰ ਸਾਹਿਬ ਪਿਆਰ ਤਾਂ ਆਪਣਾ ਭਰਾਵਾਂ ਵਾਲੀ ਹੈ ਪਰ ਅੜੀ ਸਾਨੂੰ ਵਾਲੀ ਹੈ ਲੈ ਵੀ ਇਹ ਨਹੀਂ ਸੁਧਰ ਸਕਦਾ ਹੁਣ ਨਵਾਂ ਸਿਆਪਾ ਛੇੜ ਗਿਆ
बंबू कार्ड जिंदाबाद।